ਸਤਿ ਸ਼੍ਰੀ ਅਕਾਲ ਦੋਸਤੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੱਲ੍ਹ ਕੁਛ ਟੈਕਨੀਕਲ ਐਰਰ ਕਰਕੇ ਜੋ ਕਲਾਸ ਹੈ ਉਹ ਨਹੀਂ ਹੋ ਪਾਈ ਸੀ, ਤਾਂ ਅੱਜ ਜੋ ਹੈ ਆਪਾਂ ਕੱਲ੍ਹ ਵਾਲੀ ਕਲਾਸ ਨੂੰ ਦੁਬਾਰਾ ਤੋਂ ਕੰਟੀਨਿਊ ਕਰ ਰਹੇ ਹਾਂ। ਫਟਾਫਟ ਜੋ ਦੋਸਤ ਜਾ ਚੁੱਕੇ ਨੇ ਉਹਨਾਂ ਨੂੰ ਬੁਲਾ ਲਓ, ਤਾਂ ਕਿ ਲਾਈਵ ਲੈਕਚਰ ਦੇ ਵਿੱਚ ਜੋ ਵੀ ਤੁਹਾਡੇ ਡਾਊਟਸ ਨੇ ਉਹ ਸਾਰੇ ਤੁਸੀਂ ਨਾਲ ਦੀ ਨਾਲ ਪੁੱਛ ਸਕੋ, ਨਾਲ ਦੀ ਨਾਲ ਤੁਹਾਨੂੰ ਸਾਰਾ ਜੋ ਹੈ ਡਾਊਟ ਕਲੀਅਰਿੰਗ ਨਾਲ ਦੀ ਨਾਲ ਹੋ ਸਕੇ। ਸਾਰੇ ਪੰਜਾਬ ਜੀਕੇ ਵਾਲੇ ਬੈਠੇ ਆ ਨਾ ਇੱਥੇ, ਜਿਨ੍ਹਾਂ ਨੇ ਪੰਜਾਬ ਜੀਕੇ ਦੀ ਤਿਆਰੀ ਕਰਨੀ ਹੈ। ਕਲਾਸ ਸਟਾਰਟ ਹੋ ਗਈ ਹੈ ਜੀ। ਹਾਂਜੀ, ਆ ਰਹੇ ਆ ਗਏ ਬੱਚੇ, 15-16 ਬੱਚੇ ਹੋ ਗਏ ਨੇ। ਚਲੋ ਕਲਾਸ ਸਟਾਰਟ ਕਰਦੇ ਹਾਂ। ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੁਬਾਰਾ ਤੋਂ, ਕੱਲ੍ਹ ਵੀ ਮੈਂ ਇੰਟਰੋਡਕਸ਼ਨ ਦੇ ਚੁੱਕਾ, ਦੁਬਾਰਾ ਤੋਂ ਆਪਣੇ ਬਾਰੇ ਇੰਟਰੋਡਕਸ਼ਨ ਦਿੰਦਾ। ਮੇਰਾ ਨਾਮ ਇੰਦਰਪ੍ਰੀਤ ਸਿੰਘ ਹੈ, ਮੈਂ ਬੀਟੈਕ ਐਮਟੈਕ ਸਿਵਲ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਈ ਹੈ। 8 ਸਾਲ ਦਾ ਮੇਰਾ ਟੀਚਿੰਗ ਲਾਈਨ ਦੇ ਵਿੱਚ ਐਕਸਪੀਰੀਅੰਸ ਹੈ। 700 ਤੋਂ 800 ਬੱਚੇ ਜੋ ਹੈ ਮੇਰੇ ਨਾਲ ਜੁੜ ਕੇ ਆਪਣੀ ਜੋਬਸ ਕੁਆਲੀਫਾਈ ਕਰ ਚੁੱਕੇ ਨੇ, ਅਤੇ 3 ਤੋਂ 4 ਹਜ਼ਾਰ ਬੱਚੇ ਨੂੰ ਮੇਰਾ ਆਪਣੇ ਹੱਥੋਂ ਮੈਂ ਪੜ੍ਹਾਇਆ ਹੋਇਆ ਹੈ। ਠੀਕ ਹੈ, ਤਾਂ ਤੁਸੀਂ ਰਿਲਾਈ ਕਰ ਸਕਦੇ ਹੋ ਪਹਿਲੀ ਗੱਲ ਤਾਂ ਕਿ ਵੀ ਠੀਕ ਹੈ। ਅਤੇ ਮੇਰੇ ਆਪਣੇ 3 ਐਗਜ਼ਾਮ ਜੋ ਨੇ ਉਹ ਕਲੀਅਰ ਨੇ, ਆਪਣਾ ਰੇਲਵੇ ਜੇਈ ਦਾ, ਹੁੱਡਾ ਦਾ, ਅਤੇ ਇੱਕ ਜੋ ਹੈ ਰੀਸੈਂਟਲੀ PSPCL ਸਿਵਲ ਦਾ ਮੇਰਾ ਆਪਣਾ ਐਗਜ਼ਾਮ ਕਲੀਅਰ ਹੈ। ਜਲਦੀ ਹੀ ਉਹਦੇ ਜੁਆਇਨਿੰਗ ਹੋ ਜਾਏਗੀ, ਤਾਂ ਮੈਂ ਚਾਹੁੰਦਾ ਕਿ ਉਸ ਤੋਂ ਪਹਿਲਾਂ ਜੋ ਮੈਂ ਤੁਹਾਡੇ ਵਾਸਤੇ ਕਰ ਸਕਦਾ, ਜੋ ਮੈਂ ਤੁਹਾਨੂੰ ਇੱਥੋਂ ਦੀ ਪ੍ਰੋਵਾਈਡ ਕਰ ਸਕਦਾ, ਆਪਣੀ ਜੋ ਮੇਰੀ ਇਨਫੋਰਮੇਸ਼ਨ ਹੈ, ਜੋ ਮੇਰੇ ਕੋਲ ਨੌਲੇਜ ਹੈ, ਉਹ ਮੈਂ ਤੁਹਾਨੂੰ ਦੇ ਸਕਦਾ, ਜਿੰਨੀ ਤੁਸੀਂ ਲੈ ਸਕਦੇ ਹੋ ਇਕੱਠੀ ਕਰੋ। ਠੀਕ ਹੈ, ਤਾਂ ਜੋ ਮੈਂ ਬੈਚ ਲੈ ਕੇ ਆਇਆ ਹਾਂ, ਬੇਸਿਕਲੀ ਇਹ ਸਾਰੇ ਪੰਜਾਬ ਦੇ ਐਸਪੀਰੈਂਟਸ ਵਾਸਤੇ ਲੈ ਕੇ ਆਇਆ, ਅੱਡਾ ਦੇ ਪਲੇਟਫਾਰਮ ਤੋਂ ਲੈ ਕੇ ਆਇਆ ਹੈ। ਅੱਡਾ 247 ਜੋ ਕਿ ਪੂਰੇ ਇੰਡੀਆ ਦਾ ਬਹੁਤ ਹੀ ਰਿਨਾਊਂਡ ਨੇਮ ਹੈ, ਉਸ ਦੇ ਪਲੇਟਫਾਰਮ ਤੋਂ ਮੈਂ ਆਇਆ ਹਾਂ। ਅਤੇ ਇਸ ਬੈਚ ਦੀ ਜੋ ਖਾਸੀਅਤ ਰਹੇਗੀ ਕਿ ਇਹ ਪੰਜਾਬ ਓਰੀਐਂਟਡ ਬੈਚ ਹੈ। ਪਹਿਲੀ ਗੱਲ ਤਾਂ ਅੱਡਾ ਦੇ ਉੱਤੇ ਅੱਜ ਤੱਕ ਕਦੀ ਵੀ ਪੰਜਾਬ ਓਰੀਐਂਟਡ ਬੈਚ ਨਹੀਂ ਆਇਆ, ਫਸਟ ਟਾਈਮ ਮੇਰੇ ਥਰੂ ਉਹਨਾਂ ਨੇ ਪੰਜਾਬ ਓਰੀਐਂਟਡ ਬੈਚ ਜੋ ਹੈ ਸਟਾਰਟ ਕੀਤਾ, ਦੈਟ ਇਜ਼ ਪੰਜਾਬ ਪਟਵਾਰੀ, ਪੰਜਾਬ ਪੁਲਿਸ। ਠੀਕ ਹੈ, ਇਹਦੇ ਨਾਲ ਰਿਲੇਟਡ ਜਿੰਨਾ ਵੀ ਪੰਜਾਬ ਦੇ ਉੱਤੇ ਰਿਲੇਟਡ ਜੋ ਵੀ ਚੀਜ਼ਾਂ ਨੇ ਉਹ ਸਾਰੀਆਂ ਉਹਦੇ 'ਚ ਆਉਣਗੀਆਂ। ਠੀਕ ਹੈ, ਸਿਰਫ 30 ਬੱਚੇ, ਠੀਕ ਹੈ, ਸਿਰਫ 30 ਬੱਚੇ ਹੀ ਇਹਦੇ 'ਚ ਅਲਾਊਡ ਰਹਿਣਗੇ। ਠੀਕ ਹੈ, ਸਿਰਫ 30 ਬੱਚੇ ਨੂੰ ਹੀ, 30 ਸਟੂਡੈਂਟਸ ਨੂੰ ਹੀ ਅਸੀਂ ਜੁਆਇਨ ਕਰਵਾਉਣਾ ਵਾ। ਜ਼ਿਆਦਾ ਇਕੱਠ ਹੋਏਗਾ ਤਾਂ ਜੋ ਕੁਐਰੀਜ਼ ਲੈਣੀਆਂ ਨੇ ਉਹ ਬਹੁਤ ਮੁਸ਼ਕਿਲ ਰਹਿਣਗੀਆਂ। ਮੈਂ ਚਾਹੁੰਦਾ ਕਿ ਈਚ ਐਂਡ ਐਵਰੀ ਸਟੂਡੈਂਟ ਦੇ ਨਾਲ ਮੈਂ ਗੱਲਬਾਤ ਕਰਾਂ, ਹਰੇਕ ਸਟੂਡੈਂਟ ਦਾ, ਤਾਂ ਕਿ 100% ਇਹ 30 ਦੇ 30 ਬੱਚਿਆਂ ਦਾ ਇੱਕ ਵੀ ਕੁਐਸਚਨ ਨਾ ਤਾਂ ਜਨਰਲ ਸਾਇੰਸ ਦਾ ਰੁਕੇ, ਅਤੇ ਨਾ ਹੀ ਉਹਨਾਂ ਦਾ ਪੰਜਾਬ ਜੀਕੇ ਦਾ ਕੋਈ ਕੁਐਸਚਨ ਰੁਕੇ। ਇਹ ਮੈਂ ਯਕੀਨੀ ਬਣਾਉਣਾ ਚਾਹੁੰਦਾ, ਤਾਂ ਸਿਰਫ 30 ਬੱਚਿਆਂ ਦਾ ਜੋ ਬੈਚ ਹੈ ਉਹਦੇ ਵਿੱਚ ਅਸੀਂ ਇਹਨੂੰ ਸਟਾਰਟ ਕੀਤਾ ਹੈ। 100% ਤੁਹਾਨੂੰ ਜੋ ਜੋ ਡਾਊਟ ਕਲੀਅਰੈਂਸ ਇਹਦੇ 'ਚ ਮਿਲੇਗੀ। ਠੀਕ ਹੈ, ਅਤੇ ਤੁਹਾਡੀ ਇਕੱਲੇ ਇਕੱਲੇ ਦੀ ਜੋ ਪਰਫੋਰਮੈਂਸ ਹੈ, ਦੇਖੋ ਬੱਚੇ 30 ਹੀ ਰਹਿਣਗੇ, ਤਾਂ ਮੈਨੂੰ ਹਰੇਕ ਦੀ ਪਰਫੋਰਮੈਂਸ ਨੂੰ ਮੋਨੀਟਰ ਕਰਨਾ ਬਹੁਤ ਸੌਖਾ ਰਹੇਗਾ। ਠੀਕ ਹੈ, ਹਰੇਕ ਦੀ ਅਲੱਗ ਅਲੱਗ ਅਸੀਂ ਸ਼ੀਟਸ ਬਣਾਵਾਂਗੇ, ਹਰੇਕ ਦੀਆਂ ਅਲੱਗ ਅਲੱਗ ਫਾਈਲਸ ਲੱਗਣਗੀਆਂ, ਹਰੇਕ ਦੇ ਅਲੱਗ ਅਲੱਗ ਜੋ ਹੈ ਅਸੀਂ ਅਸਾਈਨਮੈਂਟਸ ਦੇਵਾਂਗੇ ਉਹਨਾਂ ਨੂੰ, ਟੈਸਟ ਪੇਪਰਸ ਦੇਵਾਂਗੇ, ਤਾਂ ਕਿ ਹਰੇਕ ਨੂੰ ਅਸੀਂ ਇੰਡੀਵਿਜੁਅਲੀ ਮੋਨੀਟਰ ਕਰ ਸਕੀਏ ਕਿ ਕਿੱਥੇ ਉਹਨਾਂ ਦੀ ਕਮੀ ਹੈ, ਕਿਹੜੇ ਸੈਕਸ਼ਨ ਦੇ ਵਿੱਚ ਉਹ ਵੀਕ ਰਹਿ ਚੁੱਕੇ ਨੇ, ਉਹਨਾਂ ਨੂੰ ਅਸੀਂ ਅੱਗੇ ਦੀ ਅੱਗੇ ਜੋ ਹੈ ਪ੍ਰਮੋਟ ਕਰ ਸਕੀਏ, ਉਹਨਾਂ ਨੂੰ ਹੋਰ ਅੱਛੇ ਤਰੀਕੇ ਨਾਲ ਉਹਨਾਂ ਨੂੰ ਗਾਈਡ ਕਰ ਸਕੀਏ, ਕਿਸ ਤਰ੍ਹਾਂ ਉਹ ਜੋਬ ਸਕੁਅਰ ਕਰ ਸਕਦੇ। ਦੇਖੋ ਜ਼ਿਆਦਾ ਮੁਸ਼ਕਿਲ ਨਹੀਂ ਹੈ, ਮੇਰੀਆਂ ਆਪਣੀਆਂ ਜੇ ਇੰਨੀਆਂ ਕਲੀਅਰ ਨੇ, ਤਾਂ ਤੁਹਾਨੂੰ ਵੀ ਇੱਕ, ਸਾਨੂੰ ਥੋੜ੍ਹਾ ਜਿਹਾ ਕਈ ਵਾਰੀ ਹਊਆ ਹੁੰਦਾ ਕਿ ਵੀ ਯਾਰ ਥੋੜ੍ਹਾ ਮੁਸ਼ਕਿਲ ਹੈ, ਪਰ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈਗਾ, ਹੋ ਜਾਏਗਾ। ਠੀਕ ਹੈ, ਤਾਂ ਸਟਾਰਟ ਕਰਦੇ ਹਾਂ, ਚਲੋ ਜ਼ਿਆਦਾ ਟਾਈਮ ਨਹੀਂ ਮੈਂ ਵੇਸਟ ਕਰਾਂਗਾ। ਠੀਕ ਹੈ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਲੀਅਰ ਕਰ ਦੇਵਾਂ ਕਿ ਵੀ ਇਹ ਫ੍ਰੀ ਆਫ ਕੋਸਟ ਨਹੀਂ ਹੈ। ਠੀਕ ਹੈ, ਲੈਟ ਮੀ ਕਲੀਅਰ, ਜੋ ਬੀ ਫਰੈਂਕ, ਸਿੱਧੀ ਜੀ ਗੱਲ ਹੈ, ਫ੍ਰੀ ਆਫ ਕੋਸਟ ਨਹੀਂ ਹੈ। ਤੁਹਾਨੂੰ ਕੁਝ ਡੈਮੋਸ ਜੋ ਫ੍ਰੀ ਦਿੱਤੇ ਜਾਣਗੇ, 2 ਡੈਮੋ 3 ਡੈਮੋ, ਤਾਂ ਕਿ ਤੁਸੀਂ ਇਹ ਦੇਖ ਸਕੋ ਕਿ ਵੀ ਕੀ ਟੀਚਰ ਕੈਪੇਬਲ ਹੈ, ਕਿ ਤੁਹਾਨੂੰ ਕੋਈ ਕੀ ਕੁਝ ਪੜ੍ਹਾ ਸਕਦਾ ਹੈ। ਠੀਕ ਹੈ, ਤਾਂ ਸਿਰਫ ਉਸ ਵਾਸਤੇ ਤੁਹਾਨੂੰ ਡੈਮੋਸ ਦਿੱਤੇ ਜਾਂਦੇ ਨੇ ਕਿ ਵੀ ਟੀਚਰ ਦੀ ਕੈਪੇਬਿਲਿਟੀ ਤੁਸੀਂ ਚੈੱਕ ਕਰ ਸਕੋ ਕਿ ਕੀ ਟੀਚਰ ਜੋ ਹੈ ਅੱਛਾ ਪੜ੍ਹਾਉਂਦਾ ਹੈ, ਕੀ ਉਹਨੂੰ ਖੁਦ ਨੂੰ ਨੌਲੇਜ ਹੈ, ਜਾਂ ਜੋ ਵੀ ਚੀਜ਼ਾਂ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ, ਜਾਂ ਉਹਦੇ ਟੀਚਿੰਗ ਸਕਿੱਲਸ ਕਿਸ ਤਰ੍ਹਾਂ ਦੇ ਨੇ, ਆਹ ਚੀਜ਼ਾਂ ਜੋ ਚੈੱਕ ਕਰਨਾ ਚਾਹੁੰਦੇ ਹੋ, ਬਸ ਉਹਦੇ ਵਾਸਤੇ ਤੁਹਾਨੂੰ ਡੈਮੋਸ ਦਿੱਤੇ ਜਾ ਰਹੇ ਨੇ 2 ਜਾਂ 3। ਠੀਕ ਹੈ, ਉਸ ਤੋਂ ਬਾਅਦ ਜੋ ਨੇ ਸਾਰੇ ਦੇ ਸਾਰੇ ਪੇਡ ਦੇ ਵਿੱਚ ਇਹ ਕਨਵਰਟ ਹੋ ਜਾਏਗਾ। ਠੀਕ ਹੈ, ਅਤੇ ਇਹਦਾ ਜੋ ਪੇਡ ਦਾ ਪ੍ਰਾਈਜ਼ ਰਹੇਗਾ,
जो अड्डा 247 के उत्ते है, दैट इज़ 24990। 2500 रुपए का जो है कोर्स रहेगा, तो उत्थे तुहानू ना डिस्काउंट्स भी पता लग जाएंगे। ठीक है, डिस्काउंट्स चलते रहेंगे ने उत्थे लगातार। ठीक है, डिस्काउंट्स चलते रहेंगे ने। डिस्काउंट जो उत्थे एट प्रेजेंट चल रहा है, दैट इज़ जून 60। ठीक है, इनू अप्लाई करोगे तो तुहाडा जो कोर्स है कट के वो डायरैक्टली रह जाएगा 999 का। ठीक है, यानी कि 2500 का कोर्स तुहानू सिर्फ 1000 रुपए के मिल जाएगा, जो तुहाडी सेविंग रहेगी दैट इज़ चलो 1499 रुपए की तुहाडी जो है वो सेविंग रहेगी। कल एक बच्चे ने मैनू डाउट पूछा सी, क्वेश्चन पूछा सीगा कमेंट्स दे विच कि पीसीएस ते पीपीएससी दे विच की फर्क है। पीसीएस बेसिकली हुंदा पंजाब सिविल सर्विसेज। ठीक है, जे तुसी अदर स्टेट्स दे विच आपां पीसीएस देखिए तां उहदा मतलब हुंदा प्रोविंशियल सिविल सर्विसेज। पंजाब दे विच आ जाएगा पीसीएस दा मतलब दैट इज़ पंजाब सिविल सर्विसेज। ठीक है, तो दूसरा उन्हें पूछा कि पीपीएससी दे विच की डिफरेंस हुंदा। पीपीएससी तुहाडा हुंदा पंजाब पब्लिक सर्विस कमीशन। ठीक है, तो वो बेसिकली एग्जाम कंडक्टिंग अथॉरिटी है, वो एग्जाम कंडक्ट करवाउंदी है। ठीक है, एग्जाम कंडक्टिंग अथॉरिटी है, तो वो अंदर पंजाब पुलिस सर्विसिज दे, तुहाडे पंजाब रेवेन्यू सर्विसिज, पंजाब एडमिनिस्ट्रेटिव सर्विसिज, इन्हां दे एग्जाम कंडक्ट करवाउंदी है तुहाडी पीपीएससी। ठीक है, तो पीसीएस की है, तुहाडा एक अलग लैवल का उत्ते एग्जाम है। ठीक है, तो ये तुहानू थोड़ा जिहा मैं कल कुछ डाउट सीगे जो मैं नहीं लै पाया सही तरीके नाल। तो हुण इस बैच बारे आपां थोड़ी जी गल कर लैंदे हां। सब तो पहली गल मैं तुहानू दस ही चुका कि 30 बच्चों का ही बैच रहेगा, सिर्फ 30 बच्चे ही रहेंगे। टू वे इंट्रैक्शन रहेगा, मतलब हरेक बच्चे दे नाल मैं पूरा चंगी तरह जुड़ के रहांगा। 30+ आवर्स। कल मैंने एक बच्चे ने लगातार क्वेश्चन पूछा सी कि सर एक महीने के विच तुसीं किस तरह सारा सिलेबस कवर कराओगे। बेटा जी, एक महीना नहीं है। ठीक है, एक महीना नहीं है, 30+ आवर्स। ठीक है, ये जो मैं मान के चल रहा कि यह 45 दिनों का कोर्स रहेगा घट्टो घट। ठीक है, 45 दिन या मैं कह सकता कि 45 घंटे, जे मैं डेली का 1 घंटा तुम्हें दिना तो 45 घंटिया का कोर्स रहेगा या 45 दिनों का कोर्स रहेगा, जिस तरह भी तुम्हें ठीक लगता है। ठीक है, असी कोशिश करेंगे कि हर तरह नाल जो है सिलेबस पूरा किया जाए, हरेक चीज़ जो है कवर की जाए, वो सानू यकीनी बनाना पड़ेगा असी ताकि उन्होंने कवर कर सके सारे तरीके। इस तो बाद सिलेबस की कवर होएगा वो इतने मैनशन है, हिस्ट्री जोग्राफी इकोनॉमिक्स। ठीक है, सारा कुछ कवर रहेगा। फिर तुहाडे कोल इस तो बाद की आता है 100% डाउट सैशन क्लीयर रहेगा, पूरे का पूरा असं डाउट्स डेली दिया असाइनमेंट्स जो है पोस्ट करांगा। आज की असाइनमेंट जो है वो कल तक पोस्ट हो जाएगी, जिस तरह की आज वीडियो बनी है अगले दिन तक वो असाइनमेंट जो है अपलोड हो जाएगी। असाइनमेंट के 20 से 30 MCQ बेस्ड क्वेश्चन रहा करेंगे, जिन्होंने मैं डिस्कशन के उत्ते टाइम वेस्ट नहीं करांगा। तुहाडा इन्हां MCQs विच जो डाउट है तुसीं वो मैं परसनली भेजना है, मैं वीडियो के थ्रू जदों मेरी वीडियो डेली की 1 घंटे की खत्म हो जाए करेगी, उस तो बाद मैं एक्स्ट्रा 15 मिनट जो है 10 से 15 मिनट जिन्हें भी तुहाडे डाउट लैण दे मैनूं लगे करनगे, मैं उत्थे डाउट लै लिया करांगा। ठीक है, तो तुहाडे टाइम वेस्ट मैं वीडियो के विच नहीं करना, उस तो बाद मैं तुहाडे डाउट क्लीयरिंग सैशन जो है बाद च लै लिया करांगा। लाइव लैक्चर जो ने वो तुहाडे सेव रहणगे, कई बार बच्चा जो है बीमार हो जाता कितें बाहर अंदर आना पै जाता तो लाइव लैक्चर वो नहीं लै पाता, तो वो लाइव लैक्चर जो है तुहाडा सेफ रहेगा। ठीक है, एक जगह के उत्ते जितों तुसीं इन फ्यूचर जो है उन्होंने डाउनलोड कर सकते हो, सब कुछ कर सकते हो। ठीक है, फुल टीचर क्लास नोट्स, जो मेरिया स्लाइड्स रहनगियां क्लास नोट्स रहनगे, उन्होंने नोट्स भी मैं कोशिश करांगा तुहानू हरेक लैक्चर दे प्रोवाइड करा। ठीक है, चलो अगे देखते हैं सिलेबस। सब तो पहले सिलेबस के आ जाती है पंजाब की हिस्ट्री। ठीक है, फिर तुहाडे कोल आ जांदा पंजाब की ज्योग्राफी, ज्योग्राफी दे विच की चीज़ें आ जांदियां ने कि इत्थे किन्नियां तुहाडे किन्ने सिटीज़ ने, किन्नियां उन्हां सिटियां की खासियत, लॉट लैंगी तुहाडा लैटीट्यूड हो जांदा, लोंगीट्यूड हो जांदा। ठीक है, फिर किहड़े किहड़े पहाड़ी एरिए ने, किहड़ी किहड़ियां मिट्टियां ने, वो सारा कुछ ज्योग्राफी दे विच आ जाएगा। हिस्ट्री तुहानू मैं अज पढ़ा दांगा। ठीक है, फिर तुहाडे कोल इस तों बाद आउंदा है कल्चर कि पंजाब का कल्चर की है, फिर तुहाडे कोल आ जांदा सिखिज़म, जो साडे सिखिज़म दे विचों तां क्वेश्चन वाकई बहुत ज़्यादा आ रहा अज दी डेट दे विच। ठीक है, फिर इकोनॉमी के क्वेश्चन पूछे जा रहे हैं, इकोनॉमी पढ़ावगा। पंजाबी लैंग्वेज बहुत ज़्यादा इंपॉर्टेंट है, 15 नंबर तक की वेटेज रख लैंदा कई एग्जाम के, सिर्फ पंजाबी लैंग्वेज 15 नंबर तक की जो है वेटेज रख लैंदा है। फिर एग्रीकल्चर जो है वो 10 नंबर की वेटेज रख लैंदा बहुत सारे एग्जाम्स के। ठीक है, तो इस तो अलावा जो छोटी जी चीज़ मैं थोड़े नाल एक होर डिस्कस करनी है, दैट इज़ एक PSSB, जो तुम कई बार बच्चे ने भरे होंगे PSSB क्लर्क के एग्जाम, मोस्टली 1500 से 1800 पोस्टा ये आ जाने हरेक साल। ठीक है, तो ये वेटेज बहुत है, पंजाबी लैंग्वेज की जो ये वेटिंग वेटेज है दैट इज़ 15 मार्क्स, 15 नंबर की सीधी सीधी पंजाबी लैंग्वेज आती है। जो पंजाब की GK है 45 नंबर, 45 के 30 नंबर की तो चलो पंजाब GK आ जाएगी, फिर करंट अफेयर प्लस
जो इंडियन तुहाडी जीके है वो तुहाडी आ जाती है 10 तो 15 नंबर की, ठीक है। इस तो अलावा रीजनिंग जो है वो तुहाडी पूछी जाती है 15 नंबर की, फिर कंप्यूटर आता है वो तुहाडा पूछा जाता है 10 नंबर का, फिर इंग्लिश आती है, इंग्लिश तुहाडी पूछी जाती 15 नंबर की, तो टोटल 100 नंबर का पेपर। क्लर्क के एग्जाम में बहुत सारे बच्चों सानू क्वेरी आ रही थी, मैं तो स्पैशली वह पूरे का पूरा जो है पैटर्न इतने डिस्कस किया है कि इस पैटर्न के विच की तो इतने देख सकते हो कि जीके की वेटेज बहुत ज़्यादा है, पंजाब जीके की वेटेज जो है इन एग्जाम्स के विच बहुत ज़्यादा होंगी है, ठीक है। चलो अगे देखते हैं आप। इस तो अलावा जनरल साइंस के विच मैं की कवर करांगा, तो तीन टॉपिक होंगे जनरल साइंस के विच बेसिकली बायोलॉजी फिजिक्स एंड कैमिस्ट्री, ठीक है। तो बायोलॉजी के विच कवर होएगा ह्यूमन ब्लड, साड़ी ह्यूमन ब्लड की वीडियो मैं अज शाम तक ही अपलोड कर दाँगा क्योंकि मैं कल का दिन थोड़ा वेस्ट किया, तो मैं अज के दिन दो वीडियोज़ अपलोड कर रहा, पहली पंजाब हिस्ट्री की, शाम को पंजाब अपने ह्यूमन ब्लड की बायोलॉजी की वीडियो अपलोड हो जाएगी, ताकि तुम ये देख सको कि साइंस मेरी ठीक है या नहीं है, या तुम बेसिकली जज करना है, ठीक है। यू आर द पेयर्स ह्यूमन हर्ट दैन एक्सक्रीशन सिस्टम, साड़ी जो बॉडी के मलमूत्र सारा बाहर आता है कि वह प्रोसैस है, न्यूट्रीशन सानी साड़ी बॉडी में एनर्जी कितों मिलती है, डाइजेस्टिव सिस्टम सारे का सारा, ठीक है, पाचक तंत्र, सैल साड़ी बॉडी के जो छोटे छोटे सैल ने, तो जनरल फैक्ट्स। इस तो अलावा तुम कई बच्चे सोचोगे कि बायोलॉजी के इन्ने टॉपिक नहीं है, इस तो ज़्यादा ने, ऑब्वियसली गल इस तो ज़्यादा तो है, वो सारे के सारे मैं जनरल फैक्ट्स के कवर करा जिन्हों के क्योंकि इन्ने थोड़े टाइम पीरियड के इन्ना कुछ नहीं पढ़ाया जा सकता, ठीक है। तो मेन मेन मेजर मेजर टॉपिक मैं सारे करवा दाँगा, तो बाकी जो छोटे छोटे टॉपिक रह गए उन्होंने जनरल फैक्ट्स प्लस MCQs जो ने वो मैं कवर करवाऊँगा। फिर तुहाडे कोल आ जांदा फिजिक्स, फिजिक्स दे विच मेन चैप्टर लाइट, जिहदे च रिफलैक्शन रिफ्रैक्शन ये सारा कुछ कवर होएगा, इलैक्ट्रिसिटी साउंड ग्रैविटेशन मोशन एंड इहदे च भी जो चैप्टर रह जाणगे उन्हां नूं मैं जनरल फैक्ट्स दे विच जो है वो कवर करांगा। हार्दिक अरोड़ा जी सर, पंजाब दे एग्जाम होर स्टेट वाले दे सकदे ने अपना पंजाबी दी PDI मैट्रिक दे विच? ओके हाँ जी, होर होर स्टेट वाले एग्जाम भी बिल्कुल दे सकते हैं जी पंजाब दे। सर ओनली GK कवर होएगा इस बैच? नहीं राधा जी, GK तो कवर होएगी होएगी, GK दे नाल जनरल साइंस भी कवर होएगी, जनरल साइंस के टॉपिक मैं इस टाइम थोड़े नाल डिस्कस कर रहा हाँ। कुहू पांडे सर, हमें बिहार से भी मुझे पूरा पूरा लैंग्वेज समझ नहीं आ रहा है। देखिए मेरी मोड ऑफ टीचिंग का देखो पंजाबी ही रहेगा, बेसिकली जो पंजाब के एग्जाम ने तो मैं पंजाबी दे विच ही प्रैफर करांगा, नो डाउट मेरी बाकी वीडियोज़ जो यूट्यूब पर है वो हिंदी मैं पढ़ा, बट ये टोटली पंजाब बेस्ड है तो मैं पंजाबी दे विच ही पढ़ाना प्रैफर करांगा, हिंदी मैं थोड़ा जा नहीं प्रैफर करांगा इत्थे, ठीक है। चलो अगे देखते हैं केमिस्ट्री दे विच कि टॉपिक कवर होएगा, दैट विल बी पीरियोडिक टेबल, जिहदे विचों मैक्सीम वेटेज कई बार तो रेलवे दे विच 10-10 नंबर के क्वेश्चन जो है ये आते हैं, एटम तो उहदे स्ट्रक्चर किस तरह का होंदा है, मैटल्स एंड नॉन मैटल्स, एसिड्स एंड बेसिस, इतने मैनशन नहीं किया हुआ एक चैप्टर है एसिड एंड बेसिस, वो भी बहुत सारे क्वेश्चन आते हैं, एंड जो क्वेश्चन रह गए जो जो चैप्टर रह गए वो मैं कह दाँगा कि मैं फैक्ट्स के कवर करांगा सारे के सारे, ठीक है। इस तो अलावा एक होर एग्जाम है बहुत सारे बच्चों का भरया हुआ, दैट इज़ रेलवे RRB NTPC, ठीक है। मेरा अपना RRB JEE क्लीयर है, ठीक है, मेरे साइंस के जो 20-25 क्वेश्चन आए थे, मेरा एक क्वेश्चन गलत सगा, बाकी सारे के सारे मेरे ठीक से, तो ठीक है, मैं इन्ना भरोसा है कि साइंस के मैं 100% भी दवा सकता वहाँ NTPC, तो साइंस तुम मेरी ये देखो तुम्हें काफ़ी ज़्यादा बेनीफिट जो है होएगा। चलो हूँ आप जो है अगर अपनी स्लाइड्स उन्होंने शुरू करते हैं कि अपना अज का टॉपिक है, दैट इज़ पंजाब GK। सब तो पहला आ जाता थोड़ा टॉपिक दैट इज़ हिस्ट्री, हिस्ट्री नाल रिलेटड को टॉपिक है साड़ा अज का, ठीक है। ये सब तो पहली चीज़ आती है पंजाब का मैप, ठीक है, मैप के हमेशा जो है वह क्वेश्चन पूछा जाएगा, बिफोर 1947 किस तरह का मैप से, जो है मैप की तस्वीर थोड़े सामने आई है, यह 1947 तो पहला का पंजाब से, देखो तुम बाउंड्रीज़ कितने तक ने, ठीक है, अफगानिस्तान तक नू बाउंड्री एरिया लग रही ने, बाउंड्रीज़ जो कितने कितने तक ने यह मैं तुम्हें अगे पढ़ाऊँगा, इतने जो बेसिक बेसिक चीज़ा देखने वाली ने, पहली चीज़ तो इतों हमेशा तुम नोट कर रखियो कि इंडिया का ब्रिटिश कंट्रोल के थले आने वाला यानी कि ब्रिटिश राज के अंडर आने वाला सब तो लास्ट स्टेट से इंडिया का पंजाब, एक क्वेश्चन पूछा गया कि इंडिया का किहड़ा राज सी जिहड़ा ब्रिटिश कंट्रोल च सब तो थले सब तो एंड के उत्ते आया सी, इह किहड़े सन च आया सी, मैं अगे आने वाली वीडियो तुहानूं फटाफट दसांगा, ठीक है। हुण इह पार्टीशन पूछी जाती है कि किस बेस से की गई सी, ठीक है, यह पार्टीशन टोटली रिलीजन बेस दे की गई सी, इंपॉर्टेंट है रिलीजन बेस के उत्ते तुहाडे धर्म के आधार के उत्ते यह पार्टीशन की गई सी, जो पंजाब की वंड हुई सी 1947 दे विच, ठीक है, यह रिलीजन बेस से हुई सी, किस तरह हुई सी कि टोटल उस टाइम इंपॉर्टेंट है पॉइंट,
ਪੁੱਛਿਆ ਜਾਂਦਾ ਹੈ ਕਿ 1947 ਤੋਂ ਪਹਿਲਾਂ ਪੰਜਾਬ 'ਚ ਕਿੰਨੇ ਡਿਸਟ੍ਰਿਕਟ ਸੀਗੇ ਜੀ 29 ਡਿਸਟ੍ਰਿਕਟ ਸੀਗੇ ਠੀਕ ਹੈ 29 ਡਿਸਟ੍ਰਿਕਟ ਸੀਗੇ ਪੰਜਾਬ ਦੇ ਵਿੱਚ ਜਿਹਦੇ ਵਿੱਚੋਂ 16 ਡਿਸਟ੍ਰਿਕਟ ਜੋ ਸੀਗੇ ਉਹ ਮੁਸਲਿਮ ਮੈਜੋਰਿਟੀ ਸੀਗੇ ਅਤੇ ਬਾਕੀ ਦੇ ਬਚੇ 13 ਮੁਸਲਿਮ ਜੋ ਸੀ ਜੋ ਸਟੇਟ ਸੀਗੇ ਜਾਂ ਡਿਸਟ੍ਰਿਕਟ ਸੀਗੇ ਸੋਰੀ ਉਹ ਸੀਗੇ ਨੋਨ ਮੁਸਲਿਮ ਨੋਨ ਮੁਸਲਿਮ ਦੇ ਵਿੱਚ ਸਿੱਖ ਹਿੰਦੂ ਈਸਾਈ ਸਾਰੇ ਕਵਰ ਹੋ ਜਾਣਗੇ ਤਾਂ ਮੁਸਲਿਮ ਮੈਜੋਰਿਟੀ ਜ਼ਿਆਦਾ ਸੀ ਬੇਸਿਕਲੀ ਨੋਨ ਮੁਸਲਿਮ ਮੈਜੋਰਿਟੀ ਜੋ ਹੈ ਉਹ ਘੱਟ ਸੀ ਤੁਹਾਡੀ ਠੀਕ ਹੈ ਤੀਸਰੀ ਚੀਜ਼ ਪੁੱਛੀ ਜਾਂਦੀ ਹੈ ਕਿ ਇਹ ਜੋ ਵੰਡ ਹੋਈ ਸੀ ਇਹ ਕਿਹਨੇ ਕੀਤੀ ਸੀ ਠੀਕ ਹੈ ਨਾਮ ਯਾਦ ਰੱਖਣਾ ਹੈ ਜੋ ਇੰਡੀਆ ਪਾਕਿਸਤਾਨ ਦਾ ਬਾਰਡਰ ਹੈ ਉਹ ਕਿਹਨੇ ਡਿਜ਼ਾਈਨ ਕੀਤਾ ਸੀ ਜਾਂ ਕਿਹਨੇ ਇਹਦੀ ਵੰਡ ਕੀਤੀ ਸੀ ਦੈਟ ਇਜ਼ ਸਰ ਸਿਰਿਲ ਰੈਡਕਲਿਫ ਠੀਕ ਹੈ ਇਹ ਬੰਦੇ ਦਾ ਨਾਮ ਹੈ ਸਰ ਸਿਰਿਲ ਰੈਡਕਲਿਫ ਉਸ ਬੰਦੇ ਦਾ ਨਾਮ ਹੈ ਜਿਹਨੇ ਪੰਜਾਬ 'ਤੇ ਉਹਦੀ ਵੰਡ ਕੀਤੀ ਸੀ ਸਾਡੇ ਪੰਜਾਬ ਦੀ ਸਰ ਦੱਸੋ ਇਹ ਕਲਾਸਿਸ ਦਾ ਟਾਈਮ ਟੇਬਲ ਕੀ ਆ ਅਤੇ ਤੁਸੀਂ ਓਨਲੀ ਜੀ ਕੇ ਐਂਡ ਜੀ ਐੱਸ ਕਰਵਾਓਗੇ ਫੋਰ ਐਗਜ਼ਾਮ ਟਾਈਮ ਟੇਬਲ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਹੋਵੇਗਾ ਜੇ ਡਿਸਕ੍ਰਿਪਸ਼ਨ 'ਚ ਨਹੀਂ ਹੈ ਮੈਂ ਚੈੱਕ ਨਹੀਂ ਕੀਤਾ ਸੋਰੀ ਜੇ ਡਿਸਕ੍ਰਿਪਸ਼ਨ 'ਚ ਨਹੀਂ ਹੈ ਤਾਂ ਤੁਸੀਂ ਅੱਡਾ ਦੀ ਸਾਈਡ ਦੇ ਉੱਤੇ ਜਾਓ ਅੱਡਾ ਸਟੋਰ ਬੇਸਿਕਲੀ ਉੱਥੇ ਤੁਸੀਂ ਲਿਖੋ ਪੰਜਾਬ ਪਟਵਾਰੀ ਬੈਚ ਉੱਥੇ ਮੇਰਾ ਬੈਚ ਆ ਜਾਏਗਾ ਇੱਕ ਹੀ ਬੈਚ ਹੈ ਪੰਜਾਬ ਦਾ ਜੋ ਉਹਨਾਂ ਨੇ ਸਟਾਰਟ ਕੀਤਾ ਅੱਜ ਤੱਕ ਠੀਕ ਹੈ ਤਾਂ ਉੱਥੇ ਮੇਰਾ ਬੈਚ ਆ ਜਾਏਗਾ ਉਸ ਬੈਚ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਮੇਰੀ ਕੁਆਲੀਫਿਕੇਸ਼ਨ ਵੀ ਜਾਂ ਜੋ ਵੀ ਮੇਰੇ ਨਾਲ ਰਿਲੇਟਡ ਚੀਜ਼ਾਂ ਨੇ ਉਹ ਸਾਰੀਆਂ ਉੱਥੇ ਮੈਂਸ਼ਨ ਨੇ ਤੁਸੀਂ ਉੱਥੋਂ ਪਲੀਜ਼ ਚੈੱਕ ਕਰ ਲਿਓ ਅਤੇ ਜੇ ਨਹੀਂ ਪਿਆ ਹੋਇਆ ਡਿਸਕ੍ਰਿਪਸ਼ਨ 'ਚ ਮੈਂ ਕੱਲ੍ਹ ਤੱਕ ਪਵਾ ਦਾਂਗਾ ਕਹਿ ਕੇ ਕਿ ਵੀ ਸਾਰੇ ਦਾ ਸਾਰਾ ਜੋ ਸ਼ਡਿਊਲ ਹੈ ਉਹ ਤੁਹਾਨੂੰ ਪਤਾ ਲੱਗ ਜਾਏ ਕਿ ਮੈਂ ਕਿਹੜੇ ਦਿਨ ਕੀ ਪੜ੍ਹਾਇਆ ਕਰਾਂਗਾ ਠੀਕ ਹੈ ਇਸ ਤੋਂ ਇਲਾਵਾ ਪੁੱਛਿਆ ਜਾਂਦਾ ਕਿ ਵੰਡ ਕਿਸ ਐਕਟ ਦੇ ਥਰੂ ਹੋਈ ਸੀ ਦੈਟ ਵਾਜ਼ ਇੰਡੀਅਨ ਇੰਡੀਪੈਂਡੈਂਸ ਐਕਟ ਸਾਨੂੰ ਆਜ਼ਾਦੀ ਵੀ ਇਸੇ ਐਕਟ ਦੇ ਥਰੂ ਮਿਲੀ ਹੈ ਇੰਡੀਅਨ ਇੰਡੀਪੈਂਡੈਂਸ ਐਕਟ 1947 ਠੀਕ ਹੈ ਜੋ ਵੰਡ ਹੈ ਇਹਦੇ ਬੇਸ ਦੇ ਉੱਤੇ ਕੀਤੀ ਗਈ ਸੀ ਫਿਰ ਇੱਕ ਚੀਜ਼ ਪੁੱਛੀ ਜਾਂਦੀ ਪੁੱਛਿਆ ਜਾਂਦਾ ਕਿ ਕਿਹੜਾ ਕੀ ਕਹਿੰਦੇ ਆ ਫੇਮਸ ਬਾਰਡਰ ਹੈ ਇਹਦੇ ਉੱਤੇ ਦੈਟ ਇਜ਼ ਵਾਹਗਾ ਬਾਰਡਰ ਇਹ ਸਭ ਨੂੰ ਪਤਾ ਹੋਵੇਗਾ ਵਾਹਗਾ ਬਾਰਡਰ ਬਹੁਤ ਸਾਰੇ ਤੁਹਾਡੇ ਜੋ ਘੁੰਮ ਕੇ ਵੀ ਆਏ ਹੋਣਗੇ ਵਾਹਗਾ ਬਾਰਡਰ ਦੇ ਪੁੱਛਿਆ ਜਾਂਦਾ ਕਿ ਵਾਹਗਾ ਬਾਰਡਰ ਫੇਮਸ ਕਿਉਂ ਹੈ ਜੀ ਇਟ ਇਜ਼ ਫੇਮਸ ਫੋਰ ਮਾਰਚ ਪਾਸਟ ਉੱਥੇ ਜਿਹੜੀ ਮਾਰਚ ਪਾਸਟ ਕੀਤੀ ਜਾਂਦੀ ਹੈ ਉਹਦੇ ਕਰਕੇ ਇਹ ਫੇਮਸ ਹੈ ਠੀਕ ਹੈ ਹੁਣ ਮਾਰਚ ਪਾਸਟ ਦਾ ਨਾਮ ਮਾਰਚ ਪਾਸਟ ਨਹੀਂ ਹੈ ਜੇ ਤੁਹਾਨੂੰ ਕਿਸੇ ਨੂੰ ਪਤਾ ਹੈ ਤਾਂ ਪਲੀਜ਼ ਲਿਖੋ ਮੈਂ ਤਾਂ ਦੱਸ ਹੀ ਰਿਹਾ ਠੀਕ ਹੈ ਮਾਰਚ ਪਾਸਟ ਨਹੀਂ ਬੋਲਿਆ ਜਾਂਦਾ ਉਹਨੂੰ ਮਾਰਚ ਪਾਸਟ ਦਾ ਐਗਜੈਕਟਲੀ ਜੋ ਨੇਮ ਹੈ ਦੈਟ ਇਜ਼ ਬੀਟਿੰਗ ਰੀਟਰੀਟ ਸੈਰੇਮਨੀ ਬੀਟਿੰਗ ਰੀਟਰੀਟ ਸੈਰੇਮਨੀ ਜੋ ਹੈ ਉਹ ਤੁਹਾਡੇ ਇਸ ਮਾਰਚ ਪਾਸਟ ਦਾ ਨਾਮ ਹੈ ਐਗਜੈਕਟਲੀ ਠੀਕ ਹੈ ਫਿਰ ਪੁੱਛਿਆ ਜਾਂਦਾ ਕਿ ਮਾਰਚ ਪਾਸਟ ਕਿੰਨੇ ਵਜੇ ਸਟਾਰਟ ਹੁੰਦੀ ਹੈ ਦੇਖੋ ਜੇ ਕਿਸੇ ਚੀਜ਼ ਨੂੰ ਪੜ੍ਹ ਰਹੇ ਤਾਂ ਚੰਗੀ ਤਰ੍ਹਾਂ ਪੜ੍ਹ ਲਓ ਠੀਕ ਹੈ ਮਾਰਚ ਪਾਸਟ ਤੁਹਾਡੀ ਐਗਜੈਕਟਲੀ ਡੇਲੀ ਸਟਾਰਟ ਹੁੰਦੀ ਹੈ 4:15 'ਤੇ ਸ਼ਾਮ ਨੂੰ ਬਟ ਮੈਂ ਕਹਿ ਰਿਹਾ ਪੂਰੀ ਤਰ੍ਹਾਂ ਇਹ ਸਿਰਫ ਸਰਦੀਆਂ ਦਾ ਟਾਈਮ ਹੈ ਗਰਮੀਆਂ ਦਾ ਜੋ ਟਾਈਮ ਹੁੰਦਾ ਹੈ ਦੈਟ ਇਜ਼ 5:15 ਠੀਕ ਹੈ ਇਹ ਤੁਹਾਡਾ ਸਮਰ ਦਾ ਟਾਈਮ ਹੈ 5:15 ਦਾ ਠੀਕ ਹੈ ਪੈਨ ਦਾ ਕਲਰ ਚੇਂਜ ਕਰ ਲਓ ਪਲੀਜ਼ ਓਕੇ ਰੈੱਡ ਕਲਰ ਆਈ ਥਿੰਕ ਨਹੀਂ ਦਿਖ ਰਿਹਾ ਮੈਂ ਚੈੱਕ ਕਰ ਲੈਂਦਾ ਹੋਰ ਕਿਹੜਾ ਕਲਰ ਕਰ ਲਈਏ ਗ੍ਰੀਨ ਕਰ ਲਈਏ ਚਲੋ ਚਲੋ ਗ੍ਰੀਨ ਨਾਲ ਆਪਾਂ ਦੇਖ ਲੈਂਦੇ ਹਾਂ ਜੇ ਗ੍ਰੀਨ ਠੀਕ ਲੱਗਿਆ ਤਾਂ ਦੱਸ ਦਿਓ ਮੈਂ ਗ੍ਰੀਨ ਨਾਲ ਪੜ੍ਹਾ ਦਾਂਗਾ ਅੱਗੇ ਠੀਕ ਹੈ ਚਲੋ ਟਾਈਮ ਪੀਰੀਅਡ ਤੁਸੀਂ ਨੋਟ ਕਰ ਲਿਆ ਹੋਣਾ ਸਭ ਨੇ ਉਸ ਤੋਂ ਬਾਅਦ ਪੁੱਛਿਆ ਜਾਂਦਾ ਕਿ ਇਹ ਮਾਰਚ ਜੋ ਰੀਟਰੀਟ ਸੈਰੇਮਨੀ ਹੁੰਦੀ ਹੈ ਇਹ ਟੋਟਲ ਕਿੰਨੀ ਦੇਰ ਤੱਕ ਚੱਲਦੀ ਹੈ ਇਹ ਤੁਹਾਡੀ 45 ਦੀ ਰੀਟਰੀਟ ਸੈਰੇਮਨੀ ਹੁੰਦੀ ਹੈ ਠੀਕ ਹੈ ਇਹ ਜੋ ਮਾਰਚ ਪਾਸਟ ਉੱਥੇ ਕੀਤੀ ਜਾਂਦੀ ਹੈ ਇਹ 45 ਦੀ ਹੁੰਦੀ ਹੈ ਠੀਕ ਹੈ ਚਲੋ ਹੁਣ ਇੱਕ ਚੀਜ਼ ਹੋਰ ਮੈਂ ਇੱਥੇ ਛੋਟੀ ਜਿਹੀ ਦੱਸਦਾ ਤੁਹਾਨੂੰ ਇੰਪੋਰਟੈਂਟ ਤੁਹਾਨੂੰ ਸ਼ਾਇਦ ਪਤਾ ਹੋਏਗਾ ਵਾਹਗਾ ਬਾਰਡਰ ਦਾ ਨਾਮ ਚੇਂਜ ਹੋ ਗਿਆ ਹੈ ਹੁਣ ਇਹਨੂੰ ਬੋਲਿਆ ਜਾਂਦਾ ਜੀ ਅਟਾਰੀ ਬਾਰਡਰ ਧਿਆਨ ਰੱਖਿਓ ਇਹ ਕੁਸ਼ਚਨ ਵੀ ਇੰਪੋਰਟੈਂਟ ਹੈ ਅਟਾਰੀ ਬਾਰਡਰ ਹੁਣ ਜੇ ਮੈਂ ਪੁੱਛਾਂ ਕਿ ਕਿਉਂ ਚੇਂਜ ਕਰਤਾ ਬੇਸਿਕਲੀ ਵਾਹਗਾ ਇੱਕ ਪਿੰਡ ਦਾ ਨਾਮ ਹੈ ਅਤੇ ਉਹ ਪਿੰਡ ਸਾਡੇ ਇੰਡੀਆ ਦਾ ਨਹੀਂ ਹੈ ਉਹ ਪਾਕਿਸਤਾਨ ਦਾ ਪਿੰਡ ਹੈ ਠੀਕ ਹੈ ਇਸ ਕਰਕੇ ਅਸੀਂ ਜੋ ਹੈ ਅੱਜ ਦੀ ਡੇਟ 'ਚ ਇਹਨੂੰ ਚੇਂਜ ਕਰ ਦਿੱਤਾ ਹੈ ਅਤੇ ਹੁਣ ਇਹਦਾ ਨਾਮ ਹੋ ਗਿਆ ਅਟਾਰੀ ਠੀਕ ਹੈ ਅਟਾਰੀ ਬਾਰਡਰ ਅਸੀਂ ਤਾਂ ਬੋਲਦੇ ਹਾਂ ਕਿਉਂਕਿ ਇੰਡੀਆ ਦਾ ਜੋ ਲਾਸਟ ਪਿੰਡ ਉੱਥੇ ਜੁੜਦਾ ਹੈ ਉਹ ਹੈ ਤੁਹਾਡਾ ਅਟਾਰੀ ਬਾਰਡਰ ਫਾਈਨਲ ਕੁਸ਼ਚਨ ਜਿੱਥੇ ਪੁੱਛਿਆ ਜਾ ਸਕਦਾ ਹੈ ਕਿ ਵੀ ਤੁਹਾਡੇ ਅੰਮ੍ਰਿਤਸਰ ਤੋਂ ਜਾਂ ਕਹਿ ਲਓ ਗੋਲਡਨ ਟੈਂਪਲ ਤੋਂ ਅਟਾਰੀ ਬਾਰਡਰ ਕਿੰਨੀ ਦੂਰ ਹੈ ਜੀ ਅਟਾਰੀ ਬਾਰਡਰ ਤੁਹਾਡਾ 35 ਦੂਰ ਹੈ ਗੋਲਡਨ ਟੈਂਪਲ ਤੋਂ ਧਿਆਨ ਰੱਖਿਓ ਠੀਕ ਹੈ ਗੋਲਡਨ ਟੈਂਪਲ ਤੋਂ 35 ਦੂਰ ਹੈ ਤੁਹਾਡਾ ਅਟਾਰੀ ਬਾਰਡਰ ਆਈ ਥਿੰਕ ਪੈੱਨ ਦੀ ਇਸ਼ੂ ਫਿਰ ਆ ਰਹੀ ਹੈ ਨੋ ਸਰ ਗ੍ਰੀਨ ਤੋਂ ਦਿਖ ਵੀ ਨਹੀਂ ਰਿਹਾ ਰੈੱਡ ਨਾਲ ਹੀ ਚੱਲਦੇ ਹਾਂ ਜੀ ਫਿਰ ਛੱਡੋ ਮੈਨੂੰ ਤਾਂ ਰੈਡੀ ਠੀਕ ਲੱਗਦਾ ਹਮੇਸ਼ਾ ਤੋਂ ਹੀ ਠੀਕ ਹੈ ਚਲੋ ਰੈੱਡ ਨਾਲ ਚੱਲਦੇ ਹਾਂ ਠੀਕ ਹੈ ਚਲੋ ਇੱਥੋਂ ਹੁਣ
समझ आ रहा तुहानू सारयां नू? ठीक है, वाघा बॉर्डर, अतारी बॉर्डर, जो भी नाम चेंज हुए सारा कुछ मैं तुहानू इत्थे दस्सिया। हुण एक चीज़ होर देखो, जे तुसीं गौर नाल इस मैप नू कदी देखिया होवे तां जो पाकिस्तान दा हिस्सा है ना, वह वड्डा है, ते जो पंजाब दा हिस्सा मिलिया, देखो हैगा पंजाब ही पर मिलिया इंडिया नू थोड़ा सी, ठीक है, तो पूछा जाता है कि किन्ने परसेंट पाकिस्तान नू मिल गया सी ते किन्ने परसेंट सानू मिलिया। इंपॉर्टेंट है, नोट करियो, 54% मिलिया सी पाकिस्तान नू, पंजाब दा 54% हिस्सा पाकिस्तान नू मिलिया सी, ते 46% हिस्सा जो है वह इंडिया नू मिलिया सी। ठीक है, 54% पाकिस्तान नू ते 46% जो है वह इंडिया नू मिलिया सी। हुण जे कारण पूछे कि पाकिस्तान नू वध क्यों देता जी, कारण यह सीगा जी, इन्हां दे एरिए च पैंदा सी थोड़ा जिहा थार प्रेजेंट, ठीक है, अपना रेतीला, ठीक है, रेत होंदी है जिहड़े एरिए दे विच, रेतीला एरिया थोड़ा ज़्यादा पैंदा सी, जिहदे करके उन्होंने उपजाऊ हिस्सा इन्ना नहीं मिल पाया, जिहदे इस करके उन्होंने थोड़ा जिहा ज़्यादा लैंड दिता गया सी। जे पूछा जाए बेसिकली परसेंटेज तो पूछी जा सकती है कि किन्ने किन्ने परसेंट दे विच उन्होंने डिवाइड किया गया सी, बट जे थोड़ा जिहा होर पूछ लवे कि ज़्यादा क्यों देता, तो आह कारण सी भी उन्होंने जो एरिया मिलिया सी ना वह ज़्यादा उपजाऊ नहीं सी कुछ। ठीक है, चलो नैक्सट देखते हैं हुण 1947 दे टाइम, ठीक है, साडा पंजाब दा नक्शा किदां दा दिखता सी, कुछ इदां दा दिखता सी साडा, ठीक है, ये साढ़े 1947 दे टाइम दा नक्शा है। ठीक है, तो इत्थों तुसीं आ जिहड़ा नाल नक्शा है इत्थे तुसीं नोट करना है, पाकिस्तान आज़ाद अलग होया पंजाब दे विचों 1947 दी पार्टीशन दे विच, हिमाचल अलग होया 1958 दे विच, हरियाणा अलग होया 1966 दे विच। ठीक है, ये तीन चीज़ां बस तुसीं आप आह स्लाइड तो नोट करनियां ने, मैं ज़्यादा टाइम नहीं लाऊंगा क्योंकि मेरे को हजे पढ़ाने वाला बहुत ज़्यादा कंटेंट पिया है। ठीक है, अगे देखते हैं फिर 1966 ये जिहड़ा हरियाणा अलग होया सी ना, मैं इहनू थोड़ा जिहा फिर डिस्कस करांगा, इत्थे भी कुछ इंपॉर्टेंट चीज़ां आंदियां ने। ठीक है, आह फाइनल जो तस्वीर साडी बाहर निकल के आउंदी है 1966 दे बाद वो आह वाली तस्वीर है। ठीक है, पंजाब कुछ इस तरह की शेप का रह गया सी। ठीक है, हुण पुछिया जांदा है कि 1966 दे विच पार्टीशन क्यों की गई। ठीक है, तुसीं एक नाम सुनिया होएगा श्रोमणी अकाली दल। ठीक है, श्रोमी अकाली दल ने उस टाइम एक पंजाब रीऑर्गेनाइजेशन कमीशन लिया सी। ठीक है, नोट करियो, पंजाब रीऑर्गेनाइजेशन कमीशन। ठीक है, कदों लिया सी 1966 दे विच। ठीक है, इहदे च डिमांड की कीती गई सी, डिमांड की गई सी सैपरेट स्टेट फॉर पंजाब पीपल। ठीक है, पंजाबियों वास्ते सैपरेट स्टेट जो लियाण दी इहदे विच एक डिमांड की गई सी कि सानू पंजाबी बोलण वाला सूबा लग चाहीदा है। तो इत्थों एक नाम होर निकल के सर आंदा है कि एक मिनट, दीप कौर सर, पेन का कलर वाइट, पेन का कलर तुसीं की कह रहे हो, वाइट कर लिए, चलो तुसीं फिलहाल लेते चलो, मन लगता कमेंट जे चेंज करना होया तो मैं सारे जने दस्यो, ठीक है, मैं चेंज कर लाँगा। तो 1966 दे मूवमेंट चली सी, ठीक है, कि पंजाब नू जो है अलग सूबा बनाया जाए, तो इंपॉर्टेंट है, इट इज़ पंजाबी सूबा मूवमेंट। ठीक है, इंपॉर्टेंट है, पंजाबी सूबा मूवमेंट जो है वो चली सी उस टाइम 1966 दे विच, ताकि पंजाब दे विच बोलण वालियां नू अलग सूबा जां अलग रीजन जो है वो मिल सके। हुण इत्थों दी क्वेश्चन इंपॉर्टेंट की निकल जा, पूछे जाते हैं कि भी पंजाबी सूबा मूवमेंट दे विच फेमस लीडर किहड़े किहड़े सीगे। ठीक है जी, दो लीडरां दे नाम याद रखने ने, पहला है जी मास्टर तारा सिंह, मास्टर तारा सिंह जो है वो पंजाबी सूबा मूवमेंट दे विच फेमस लीडर सीगे। दूसरे लीडर का जो नाम है दैट इज़ फतेह सिंह। ठीक है, ये दो लीडर्स है, तुसी नाम याद रखने ने। इस तो अलावा होर तुहाडे सामने की आएगा इत्थे, फिर तुहाडे कोल आंदा जी 23 अप्रैल, ये दिन भी इंपॉर्टेंट है जी, 23 अप्रैल 1966। ठीक है, 23 अप्रैल 1966 नू एक हुकम सिंह कमेटी आई सी जी, हुकम सिंह कमेटी। ठीक है जी, हुकम सिंह कमेटी आई सी जी उस टाइम, तो उन्हें सैटअप किया, सैटअप किया शाह कमीशन, उन्हें सैटअप किया जी शाह कमीशन अंडर द चेयरमैनशिप ऑफ, हुण शाह कमीशन का हैड किनू बनाया गया सीगा जी, शाह कमीशन का हैड बनाया गया सी जस्टिस जे सी शाह।
ਠੀਕ ਹੈ, ਜਸਟਿਸ ਜੇ ਸੀ ਸ਼ਾਹ ਨੂੰ ਇਹਦਾ ਹੈੱਡ ਬਣਾਇਆ ਗਿਆ ਸੀ। ਜੇ ਸੀ ਸ਼ਾਹ, ਜਦੋਂ ਵੀ ਤੁਸੀਂ ਇਸ ਤਰ੍ਹਾਂ ਦਾ ਫੁੱਲ ਨੇਮ ਨਾ ਦੇਖੋ ਨਾ, ਹਮੇਸ਼ਾ ਉਹਨੂੰ ਸਰਚ ਕਰਿਆ ਕਰੋ। ਕਈ ਵਾਰੀ ਨਾ ਐਗਜ਼ਾਮ ਦੇ ਵਿੱਚ ਸ਼ਾਰਟ ਫਾਰਮ ਨਾ ਦੇ ਕੇ ਫੁੱਲ ਫਾਰਮ ਦੇ ਦਿੰਦਾ ਵਾ, ਤਾਂ ਬੱਚਾ ਫਿਰ ਕਨਫਿਊਜ਼ ਹੋ ਜਾਂਦਾ ਜੀ, ਦੱਸੋ ਇਹ ਕੀ, ਇਹ ਕਿਸ ਤਰ੍ਹਾਂ ਹੋ ਸਕਦਾ। ਠੀਕ ਹੈ, ਵੀ ਇਹ ਨਾਮ ਤਾਂ ਇਸ ਤਰ੍ਹਾਂ ਦਾ ਮੈਂ ਕਦੀ ਪੜ੍ਹਿਆ ਨਹੀਂ। ਤਾਂ ਜੇ ਸੀ ਦੀ ਜੋ ਫੁੱਲ ਫਾਰਮ ਹੈ, ਦੈਟ ਇਜ਼ ਜਯੰਤੀ ਲਾਲ ਛੋਟੇ ਲਾਲ ਸ਼ਾਹ। ਠੀਕ ਹੈ, ਜਯੰਤੀ ਲਾਲ ਛੋਟੇ ਲਾਲ ਸ਼ਾਹ, ਠੀਕ ਹੈ, ਇਹ ਬੰਦੇ ਦਾ ਫੁੱਲ ਨੇਮ ਹੈ ਜੇ ਸੀ ਸ਼ਾਹ ਦਾ। ਅਤੇ ਇਹਨਾਂ ਨੇ ਰਿਪੋਰਟ ਸਬਮਿਟ ਕੀਤੀ ਸੀ 31 ਮਈ 1966 ਨੂੰ। ਠੀਕ ਹੈ, ਤਾਂ ਇੱਥੋਂ ਤੁਸੀਂ ਇਹ ਕੁਛ ਇੰਪੋਰਟੈਂਟ ਜਿਹੜੇ ਪੁਆਇੰਟ ਨੇ, ਵਨ ਲਾਈਨਰ ਪੁਆਇੰਟ ਜਿਸ ਤਰ੍ਹਾਂ ਐਗਜ਼ਾਮ ਦੇ ਜੋ ਡਾਇਰੈਕਟ ਪੁੱਛੇ ਜਾਂਦੇ ਨੇ, ਉਹ ਤੁਸੀਂ ਇੱਥੋਂ ਦੀ ਨੋਟ ਕਰ ਲੈਣੇ ਨੇ। ਠੀਕ ਹੈ, ਅੱਗੇ ਚੱਲਦੇ ਹਾਂ। ਹੁਣ ਸਾਡਾ ਦੇਸ਼, ਸਾਡਾ ਜਿਹੜਾ ਪੰਜਾਬ ਹੈ, ਠੀਕ ਹੈ, ਇਹ ਫਾਈਨਲੀ ਅਲੱਗ ਕਿਸ ਤਰ੍ਹਾਂ ਬਣ ਗਿਆ, ਦੈਟ ਇਜ਼ 1 ਨਵੰਬਰ 1966 ਨੂੰ। ਠੀਕ ਹੈ, ਪੰਜਾਬੀ ਸੂਬਾ ਮੂਵਮੈਂਟ, ਸ਼ਾਹ ਕਮਿਸ਼ਨ ਤੋਂ ਬਾਅਦ ਸਾਡੇ ਪੰਜਾਬ ਦੀ ਵੰਡ ਹੋ ਗਈ, ਹਰਿਆਣਾ ਅਲੱਗ ਹੋ ਗਿਆ। ਅਤੇ ਸਾਨੂੰ ਇਹ ਦਿਨ ਨੂੰ, ਸਾਡਾ ਜੋ ਅੱਜ ਦਾ ਡੇਟ ਦਾ ਮਾਡਰਨ ਪੰਜਾਬ ਹੈ, ਜਾਂ ਆਪਾਂ ਕਹਿ ਸਕਦੇ ਨਿਊ ਪੰਜਾਬ, ਠੀਕ ਹੈ, ਉਹ ਸਾਨੂੰ ਇਸ ਡੇਟ ਨੂੰ ਮਿਲਿਆ। ਇਸ ਡੇਟ ਦੇ ਆਪਾਂ ਮਨਾਉਂਦੇ ਹਾਂ ਪੰਜਾਬ ਡੇ। ਠੀਕ ਹੈ, ਇੰਪੋਰਟੈਂਟ ਹੈ, ਪੰਜਾਬ ਡੇ ਇਸ ਦਿਨ ਮਨਾਇਆ ਜਾਂਦਾ ਹੈ। ਅਤੇ ਦੂਸਰਾ, ਜੇ ਪੁੱਛੇ ਕਿ ਹਰਿਆਣਾ ਡੇ ਕਦੋਂ ਹੁੰਦਾ ਹੈ, ਸੇਮ ਡੇ, ਹਰਿਆਣਾ ਡੇ ਵੀ ਇਸੇ ਦਿਨ ਹੀ ਮਨਾਇਆ ਜਾਂਦਾ ਹੈ। ਠੀਕ ਹੈ, ਅਤੇ ਚੰਡੀਗੜ੍ਹ ਜੋ ਹੈ, ਸਾਡੇ ਪੰਜਾਬ ਅਤੇ ਹਰਿਆਣਾ ਦੀ ਦੋਨਾਂ ਦੀ ਕਾਮਨ ਕੈਪੀਟਲ ਹੈ ਚੰਡੀਗੜ੍ਹ। ਠੀਕ ਹੈ, ਆਹ ਚੰਡੀਗੜ੍ਹ ਦਾ ਸਿੰਬਲ ਹੈ। ਠੀਕ ਹੈ, ਚੰਡੀਗੜ੍ਹ ਤੁਸੀਂ ਸਾਰੇ ਘੁੰਮੀ ਹੋਵੋਗੇ। ਚੰਡੀਗੜ੍ਹ ਨੂੰ ਮੈਂ ਅੱਗੇ ਡਿਸਕਸ ਕਰਾਂਗਾ ਜਦੋਂ ਮੈਂ ਜੋਗ੍ਰਾਫੀ ਦਾ ਪਾਠ ਸ਼ੁਰੂ ਕਰਾਂਗਾ ਕੱਲ੍ਹ ਨੂੰ, ਤਾਂ ਜੋਗ੍ਰਾਫੀ ਦੇ ਪਾਠ ਦੇ ਵਿੱਚ ਮੈਂ ਇਕੱਲਾ ਇਕੱਲਾ ਸ਼ਹਿਰ ਜੋ ਹੈ ਡਿਸਕਸ ਕਰਾਂਗਾ ਪੰਜਾਬ ਦਾ, ਤਾਂ ਉਹਦੇ 'ਚ ਚੰਡੀਗੜ੍ਹ ਵੀ ਆਟੋਮੈਟਿਕਲੀ ਡਿਸਕਸ ਹੋ ਜਾਏਗਾ। ਠੀਕ ਹੈ, ਤਾਂ ਮੈਂ ਇੱਥੇ ਟਾਈਮ ਨਹੀਂ ਵੇਸਟ ਕਰਾਂਗਾ। ਫਿਰ ਸਾਡੇ ਕੋਲ ਕੁਸ਼ਚਨ ਆਉਂਦਾ ਹੈ ਕਿ ਸਾਡੇ ਪੰਜਾਬ ਸਟੇਟ ਦਾ ਐਨੀਮਲ ਕਿਹੜਾ ਹੈ। ਸਾਡੀ ਸਟੇਟ ਦਾ ਐਨੀਮਲ ਹੈ ਬਲੈਕ ਬੱਕ। ਠੀਕ ਹੈ, ਮਤਲਬ ਕਿ ਕਾਲਾ ਹਿਰਨ। ਠੀਕ ਹੈ, ਕਾਲਾ ਹਿਰਨ ਜਿਹੜਾ ਸਲਮਾਨ ਖਾਨ ਨੇ ਮਾਰਤਾ ਸੀ ਇੱਕ ਟਾਈਮ 'ਤੇ। ਠੀਕ ਹੈ, ਤਾਂ ਕਾਲਾ ਹਿਰਨ ਜੋ ਹੈ ਸਾਡੀ ਸਟੇਟ ਦਾ ਐਨੀਮਲ ਹੈ। ਅਤੇ ਇਹਦਾ ਸਾਇੰਟੀਫਿਕ ਨੇਮ, ਦੈਟ ਇਜ਼ ਐਂਟੀਲੋਪ ਸਿਰੀ ਕੈਪਰਾ। ਠੀਕ ਹੈ, ਐਂਟੀਲੋਪ ਸਿਰੀ ਕੈਪਰਾ ਜੋ ਹੈ ਸਾਡੇ ਪੰਜਾਬ ਸਟੇਟ ਦਾ, ਪੰਜਾਬ ਸੂਬੇ ਦਾ ਸਟੇਟ ਐਨੀਮਲ ਹੈ। ਫਿਰ ਤੁਹਾਡੇ ਕੋਲ ਆਉਂਦਾ ਸਟੇਟ ਬਰਡ, ਕਿ ਸਾਡੀ ਸਟੇਟ ਦਾ ਨੈਸ਼ਨਲ ਬਰਡ ਜਾਂ ਸਟੇਟ ਬਰਡ ਕਿਹੜਾ ਹੈ, ਦੈਟ ਇਜ਼ ਗੋਸ਼ਾਕ। ਠੀਕ ਹੈ, ਗੋਸ਼ਾਕ ਜਿਹੜਾ ਹੈ ਇਹਨੂੰ ਤੁਸੀਂ ਪੰਜਾਬੀ 'ਚ ਕਹਿੰਦੇ ਹੋ ਬਾਜ਼, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ, ਠੀਕ ਹੈ, ਬਹੁਤ ਉਹਨਾਂ ਨਾਲ ਫੇਮਸ ਹੈ ਬਾਜ਼, ਗੁਰੂ ਗੋਬਿੰਦ ਸਿੰਘ ਜੀ ਦਾ ਬਾਜ਼ ਹੁੰਦਾ ਸੀ। ਠੀਕ ਹੈ, ਤਾਂ ਬਾਜ਼ ਜੋ ਹੈ ਗੋਸ਼ਾਕ ਉਹਨੂੰ ਆਪਾਂ ਕਹਿੰਦੇ ਹਾਂ, ਜਾਂ ਉਹਦਾ ਸਾਇੰਟੀਫਿਕ ਨੇਮ ਹੈ ਦੈਟ ਇਜ਼ ਐਸੀਪੀਟਰ ਜੈਂਟਿਲਿਸ। ਠੀਕ ਹੈ, ਇਹ ਸਾਇੰਟੀਫਿਕ ਨੇਮ ਆ ਜਾਂਦਾ, ਨੀਚੇ ਪਿਕਚਰ ਹੈ। ਫਿਰ ਤੁਹਾਡੇ ਕੋਲ ਆਉਂਦਾ ਸਟੇਟ ਟ੍ਰੀ। ਠੀਕ ਹੈ, ਕਿ ਸਾਡੇ ਪੰਜਾਬੀ ਸੂਬੇ ਦਾ ਨੈਸ਼ਨਲ ਟ੍ਰੀ ਕਿਹੜਾ ਹੈ। ਠੀਕ ਹੈ, ਤਾਂ ਟ੍ਰੀ ਹੈ ਤੁਹਾਡਾ ਸ਼ੀਸ਼ਮ। ਸ਼ੀਸ਼ਮ ਨੂੰ ਤੁਸੀਂ ਇੱਕ ਹੋਰ ਨਾਮ ਨਾਲ ਜਾਣਦੇ, ਦੈਟ ਇਜ਼ ਟਾਲੀ। ਠੀਕ ਹੈ, ਟਾਲੀ ਦਾ ਰੁੱਖ ਜਿਹੜਾ ਹੁੰਦਾ ਉਹ ਸ਼ੀਸ਼ਮ ਹੁੰਦਾ ਹੈ। ਅਤੇ ਇਹਦਾ ਸਾਇੰਟੀਫਿਕ ਨੇਮ ਕੀ ਹੈ, ਦਾਲ ਵਰਗੀਆ ਜੁਵੀਨੀਲ ਸਿਸੂ। ਠੀਕ ਹੈ, ਆਹ ਨੀਚੇ ਇਹਦੀ ਇਮੇਜ ਆ ਰਹੀ ਹੈ। ਠੀਕ ਹੈ, ਆਹ ਕੁਛ ਇਸ ਤਰ੍ਹਾਂ ਦਾ ਦਿਖਦਾ। ਫਿਰ ਤੁਹਾਡੇ ਕੋਲ ਪੰਜਾਬ ਦੀ ਲੈਂਗੁਏਜ ਕਿਹੜੀ ਹੈ, ਸਾਡੀ ਮਦਰ ਟੰਗ, ਦੈਟ ਇਜ਼ ਪੰਜਾਬੀ ਲੈਂਗੁਏਜ। ਇਹਦੇ ਲਈ ਆਪਾਂ ਬਿਲਕੁਲ ਲਾਸਟ ਦੇ ਉੱਤੇ, ਮੈਂ ਆਪਣੇ ਸੈਸ਼ਨ ਦੇ ਵਿੱਚ, ਅੱਜ ਦੇ ਸੈਸ਼ਨ ਨਹੀਂ, ਮਤਲਬ ਓਵਰਆਲ ਜਿਹੜੇ ਮੇਰੇ ਪੂਰੇ ਸ਼ਡਿਊਲ ਨੇ, ਉਹਦੇ 'ਚ ਐਂਡਲੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਪੰਜਾਬੀ ਲੈਂਗੁਏਜ ਪੜ੍ਹਾਵਾਂਗਾ, ਕਿਉਂਕਿ ਉਹ ਇੱਥੇ ਨਹੀਂ ਪੜ੍ਹਾ ਹੋਏਗੀ, ਮੈਨੂੰ ਬੋਰਡ 'ਤੇ ਪੜ੍ਹਾਉਣੀ ਪਏਗੀ। ਤਾਂ ਉਹ ਮੈਂ ਬਿਲਕੁਲ ਲਾਸਟ 'ਤੇ ਰੱਖੀਆਂ ਨੇ, ਉਹ ਕਲਾਸਾਂ ਮੇਰੀਆਂ ਬੋਰਡ 'ਤੇ ਹੋਣਗੀਆਂ, ਪੰਜਾਬੀ ਲੈਂਗੁਏਜ ਪੜ੍ਹਾਵਾਂਗਾ ਉੱਥੇ ਮੈਂ ਤੁਹਾਨੂੰ। ਠੀਕ ਹੈ, ਅਤੇ ਆਹ ਸਾਰੇ ਦੇ ਸਾਰੇ ਅੱਖਰ ਨੇ, ਇਹ ਕਿੰਨੇ ਨੇ, ਜਾਂ ਇਹਨਾਂ ਨਾਲ ਰਿਲੇਟਡ ਜੋ ਵੀ ਕੁਸ਼ਚਨਸ ਐਗਜ਼ਾਮ ਦੇ ਵਿੱਚ ਆਉਂਦੇ ਨੇ, ਉਹ ਸਾਰੇ ਮੈਂ ਉਸ ਟਾਈਮ ਹੀ ਸਾਰੇ ਦਾ ਸਾਰਾ ਇਕੱਠ ਤੁਹਾਡੇ ਨਾਲ ਡਿਸਕਸ ਕਰਾਂਗਾ। ਫਿਰ ਸਾਡੀ ਪੰਜਾਬ ਦੀ ਹਾਈ ਕੋਰਟ। ਠੀਕ ਹੈ, ਇਹ ਅਸੀਂ ਸ਼ੇਅਰ ਕੀਤੀ ਹੋਈ ਹੈ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਾਮ ਨਾਲ ਅਸੀਂ ਜਾਣਦੇ ਹਾਂ। ਜੇ ਪੁੱਛਿਆ ਜਾਵੇ ਕਿੱਥੇ ਹੈ, ਤਾਂ ਇਹ ਤੁਹਾਡੀ ਚੰਡੀਗੜ੍ਹ ਦੇ ਵਿੱਚ ਪੈਂਦੀ ਹੈ। ਠੀਕ ਹੈ, ਅਤੇ ਇਹ ਨੀਚੇ ਜੋ ਹੈ ਇਮੇਜ ਹੈ ਤੁਹਾਡੀ ਪੰਜਾਬ ਹਰਿਆਣਾ ਹਾਈ ਕੋਰਟ ਦੀ। ਠੀਕ ਹੈ, ਫਿਰ ਪੁੱਛਿਆ ਜਾ ਸਕਦਾ ਹੈ ਕਿ ਤੁਹਾਡੇ ਪੰਜਾਬ ਦਾ, ਇਹ ਤਾਂ ਵੈਸੇ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਸ਼ਚਨ ਹੈ ਅਤੇ ਹਮੇਸ਼ਾ ਆਈ ਜਾਂਦਾ ਹੈ ਜੀ, ਪਹਿਲਾ ਗਵਰਨਰ। ਠੀਕ ਹੈ ਜੀ, ਪੰਜਾਬ ਦਾ ਪਹਿਲਾ ਗਵਰਨਰ ਜੋ ਹੈ, ਦੈਟ ਇਜ਼ ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ। ਠੀਕ ਹੈ, ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ ਜੋ ਨੇ, ਉਹ ਸਾਡੇ ਪੰਜਾਬ ਦੇ ਪਹਿਲੇ ਗਵਰਨਰ ਨੇ। ਠੀਕ ਹੈ, ਅਤੇ ਆਹ ਉਹਨਾਂ ਦੀ ਇਮੇਜ ਹੈ ਅੱਗੇ। ਗਵਰਨਰ ਤੁਹਾਨੂੰ ਜੇ ਨਹੀਂ ਪਤਾ, ਬੇਸਿਕਲੀ ਪ੍ਰੈਜ਼ੀਡੈਂਟ ਅਪੁਆਇੰਟ ਕਰਦਾ ਹੈ ਸਟੇਟ ਦੇ ਵਿੱਚ ਗਵਰਨਰ।
ठीक है, क्योंकि प्रेजिडेंट जो है हरेक स्टेट को अपने लैवल से नहीं आके देख सकता, तो उन्हें अपने अंडर जो है गवर्नर्स अपॉइंट किए होंगे ने, तो गवर्नर्स डायरैक्ट जोड़े आ वो प्रेजिडेंट को रिपोर्ट करते हैं। जो तो मैं तुम्हें पंजाब की पॉलिटी पढ़ावगा उत्थे मैं थोड़े ना सारिया डिस्कस करा गल, ठीक है। फिर तुहाडे कोल आंदा है पंजाब का पहला सीएम, इंपॉर्टेंट है जी अगेन, ये पंजाब का पहला सीएम दैट इज़ गोपी चंद भार्गव, ठीक है। गोपी चंद भार्गव जो है वो पंजाब का पहला सीएम है, उन्हां दी इमेज जो है वो आ रही, ठीक है, गोपी चंद भार्गव जी। हुण इत्थों क्वेश्चन एक थोड़ा जा कन्फ्यूजिंग है, ठीक है। आ जो मैं हुणे तुहानूं दस्सिया है ये साडे पंजाब दे पहले सीएम रहे ने 1947 च, जां कह लो भी 47 तों बाद, ठीक है। 47 तों बाद साडे पहले सीएम जो रहे ने वो ने गोपी चंद भार्गव। बट कई बार पूछा जाता जी न्यू पंजाब का पहला सीएम कौन है, न्यू पंजाब का मतलब 1966 तो बाद जी, जो आज की डेट का मॉडर्न पंजाब है, ठीक है। तो न्यू पंजाब का जो पहला सीएम सीगा दैट वाज ज्ञानी गुरमुख सिंह मुसाफिर, ठीक है, ज्ञानी गुरमुख सिंह मुसाफिर, ठीक है। ये पंजाब के 1966 तो बाद, या कह लो भी न्यू पंजाब तो बाद पहले सीएम सीगे, ठीक है। जे एग्जैक्टली पूछा जाए कि इन्हों का मतलब ज्ञानी गुरमुख सिंह जी का टाइम पीरियड कितनी देर वास्ते रहे थे, या किहड़ी तुहाडी पार्टी नूं बिलोंग करते सी, तां कांग्रेस पार्टी नूं बिलोंग करते सी, 127 दिनों तक ये बस बने रहे। इंपॉर्टेंट क्वेश्चन इतों होर निकलता है, पिछली स्लाइड वैसे डिस्कस कर देना चाहिए सी मैनूं, ठीक है, क्योंकि पिछली स्लाइड मैं तुहाडा डिस्कस किया कि पहला गवर्नर कौन है, ठीक है। पहला गवर्नर मैं तुहानूं पिछली स्लाइड दस्सिया, बट वह भी 1947 तो बाद पहला गवर्नर सीगा। जे पूछा जाए कि न्यू पंजाब का यानी कि 1966 तो बाद पहला गवर्नर कौन बनया, ठीक है, इंपॉर्टेंट है जी, दैट इज धर्मवीरा, धर्मवीर कह लो, धर्मवीरा कह लो, ठीक है। ये साढ़े 1947 तो बाद पहले, सॉरी 1966 तो बाद पहले गवर्नर रहे ने धर्मवीरा, ठीक है। गुरमुख सिंह मुसाफिर जो सके वह फॉर्मर जत्थेदार भी रह चुके ने अकाल तख्त के, ठीक है। जो गुरमुख सिंह मुसाफिर ने फॉर्मर जत्थेदार भी रह चुके ने। एक होर चीज़ पूछी जाती है कि देखो 1966 के उस टाइम लग्या कि होया सी प्रेजीडेंट रूल लग्या होया सीगा, तां पुछिया जांदा कि जदों न्यू पंजाब बनिया, ठीक है, उस टाइम प्रेजीडेंट रूल लग्या होया सीगा, तां किहड़े प्रेजीडेंट का रूल चल रहा सी पंजाब दे उत्ते, इट इज़ सर्वपल्ली राधा कृष्णन। ये भी बहुत फेमस नेम है, ठीक है, इन्हां बारे भी चलो मैं डिस्कस करांगा, पर अगे फिर किसी स्लाइड्स कर लाँगा इत्थे, नहीं तां एवें टाइम वेस्ट होएगा। पंजाब जीके आपां फटाफट कवर करिए। फिर तुहाडे कोल पुछिया जांदा है जी फस्ट चीफ जस्टिस, ठीक है, पंजाब दे, दैट इज जस्टिस राम लाल, ठीक है। जस्टिस राम लाल जो है वह पंजाब के पहले चीफ जस्टिस रहे ने पंजाब एंड हरियाणा कोर्ट के। अगेन ये भी सेम क्वेश्चन, 1966 तो बाद जो न्यू पंजाब बनया उस टाइम कौन सी, दैट वॉज जस्टिस मेहर सिंह। जस्टिस मेहर सिंह जो ने वो उस तो बाद जो है वह पंजाब के न्यू गवर्नर बने। फिर तुहाडे को पूछा जाता कि एट प्रेजेंट चीफ जस्टिस ऑफ पंजाब कौन ने, दैट इज जस्टिस रवि शंकर झा, ठीक है। जस्टिस रवि शंकर झा जो ने वो एट प्रेजेंट जो ने वो तुहाडे पंजाब दे चीफ जस्टिस ने हरियाणा पंजाब एंड हरियाणा हाई कोर्ट दे, ठीक है। ये जो है इमेज है नीचे, ये ने तुहाडे जस्टिस रवि शंकर झा, ते ये तुहाडे जिहड़े कलरफुल टर्बन दे विच खड़े ने, ये ने तुहाडे पंजाब दे प्रेजेंट गवर्नर, ठीक है, वी पी सिंह बदनौर। ये जो पिछे खड़े ने, ठीक है, ये तुहाडे ने पंजाब दे अजकल बहुत ज़्यादा सुर्खियां दे विच ने, बेसिकली पंजाब दे चीफ सैक्रटरी, तो इन्हों का नाम है करण अवतार, ठीक है। करण अवतार ने एट प्रेजेंट पंजाब दे चीफ सैक्रटरी, ठीक है, करण अवतार। तो जे पूछा जाए कि एट प्रेजेंट जो तुहाडे रवि शंकर झा जी ने एक केड़े नंबर दे पंजाब दे तुहाडे सी जी आई ने बेसिकली चीफ जस्टिस ऑफ पंजाब बने ने, ये ने तुहाडे 35वें नंबर दे, ठीक है, 35वें नंबर से तुहाडे पंजाब दे चीफ जस्टिस बने ने। जे पूछा जाए कि ये पहला कित्थे सीगे, ये पहला मध्य प्रदेश चीफ जस्टिस रह चुके हैं, ठीक है, फॉर्मर चीफ जस्टिस ऑफ मध्य प्रदेश, उस तो बाद इत्थे शिफ्ट हो गए, ठीक है। इत्थों तुहानूं इन्ने क्वेश्चन देखने को मिल जाते हैं। फिर तुहाडे तो पूछा जाता है कि फस्ट स्पीकर ऑफ विधान सभा, ठीक है, विधानसभा जी पंजाब की विधानसभा है वह पहला स्पीकर कौन सी, दैट इज़ सरदार कपूर सिंह, ठीक है। आ जो नीचे इमेज है, मैंने बेसिकली कपूर सिंह जी की फोटो नहीं मिली तो मैं विधानसभा की फोटो लगाई है नीचे, आप चंडीगढ़ के है तुहाडी विधानसभा। फिर पूछा जाए कि तुहाडे पंजाब का पहला, नहीं आई थिंक ये है प्रेजेंट सीएम, तुहाडे पंजाब का एट प्रेजेंट सीएम कौन है, ठीक है। त
ਤਾਂ ਐਟ ਪ੍ਰੈਜ਼ੈਂਟ ਜੋ ਤੁਹਾਡੇ ਸੀ ਐਮ ਨੇ ਦੈਟ ਇਜ਼ ਕੈਪਟਨ ਅਮਰਿੰਦਰ ਸਿੰਘ, ਠੀਕ ਹੈ, ਤੁਸੀਂ ਜਾਣਦੇ ਹੀ ਹੋ ਯੁਵਰਾਜ ਆਫ ਪਟਿਆਲਾ, ਠੀਕ ਹੈ, ਕੈਪਟਨ ਅਮਰਿੰਦਰ ਸਿੰਘ। ਜੇ ਪੁੱਛਿਆ ਜਾਏ ਕਿ ਇਹ ਕਿਹੜੇ ਨੰਬਰ ਦੇ ਪ੍ਰੈਜ਼ੀਡੈਂਟ ਨੇ ਤੁਹਾਡੇ ਸੀ ਐਮ ਨੇ, ਇਹ ਤੁਹਾਡੇ 23rd ਨੰਬਰ ਦੇ ਸੀ ਐਮ ਨੇ। ਬੇਸਿਕਲੀ ਮੈਂ ਨੈੱਟ 'ਤੇ ਵੀ ਕਾਫੀ ਸਰਚ ਕੀਤਾ, ਮੈਨੂੰ ਕੁਛ ਇਹਦੇ ਰਿਲੇਟਡ ਮਿਲਿਆ ਨਹੀਂ ਕਿ ਕਿਹੜੇ ਨੰਬਰ ਦੇ ਨੇ, ਤਾਂ ਮੈਂ ਜੋ ਪੁਰਾਣੇ ਪ੍ਰੀਵੀਅਸ ਜਿੰਨੇ ਵੀ ਸੀ ਐਮ ਸੀਗੇ ਸਾਰਿਆਂ ਦੀ ਗਿਣਤੀ ਕੀਤੀ ਅਤੇ ਇਹ 23rd ਨੰਬਰ ਦੇ ਸੀਗੇ, ਠੀਕ ਹੈ, ਤਾਂ ਮੈਂ ਡਾਇਰੈਕਟ ਸੀ ਤੁਹਾਡੇ 23rd ਨੰਬਰ ਲਿਖਿਆ। ਇੱਕ ਨੰਬਰ ਹੋਰ ਪੁੱਛਿਆ ਜਾ ਸਕਦਾ ਹੈ ਕਿ ਟੋਟਲ ਕਿੰਨੇ ਬੰਦੇ, ਮਤਲਬ ਗਿਣਤੀ ਦੇ ਵਿੱਚ ਕਿੰਨੇ ਬੰਦੇ ਅੱਜ ਤੱਕ ਸੀ ਐਮ ਰਹਿ ਚੁੱਕੇ ਆ ਪੰਜਾਬ ਦੇ, ਤਾਂ ਇਹ 15ਵਾਂ ਬੰਦਾ ਹੈ, ਠੀਕ ਹੈ, ਜੋ ਕੈਪਟਨ ਅਮਰਿੰਦਰ ਸਿੰਘ ਨੇ, ਇਹ 15th ਨੰਬਰ ਦੇ ਪਰਸਨ ਨੇ ਜੋ ਪੰਜਾਬ ਦੇ ਸੀ ਐਮ ਰਹਿ ਚੁੱਕੇ, ਠੀਕ ਹੈ। ਹੁਣ ਪਰਸਨ ਅਤੇ ਗਿਣਤੀ ਦੇ ਵਿੱਚ ਦੇਖੋ, ਆਹ ਤਾਂ ਹੋ ਗਿਆ ਟਾਈਮ ਪੀਰੀਅਡ ਕਿ ਇੱਕ ਵਾਰੀ, ਕਈ ਵਾਰੀ ਬੰਦਾ ਦੋ ਵਾਰੀ ਵੀ ਬਣ ਸਕਦਾ, ਇੱਕੋ ਬੰਦਾ। ਕੈਪਟਨ ਅਮਰਿੰਦਰ ਸਿੰਘ ਦੋ ਵਾਰੀ ਬਣੇ ਨੇ, ਠੀਕ ਹੈ, ਤੁਹਾਡੇ ਪ੍ਰਕਾਸ਼ ਸਿੰਘ ਬਾਦਲ ਜੋ ਨੇ ਉਹ ਦੋ ਤਿੰਨ ਵਾਰੀ ਬਣ ਚੁੱਕੇ ਨੇ, ਤਾਂ ਉਹ ਬੰਦਾ ਤਾਂ ਇੱਕ ਹੀ ਕਾਊਂਟ ਹੋਏਗਾ ਨਾ, ਤਾਂ ਉਹ 15 ਰਹਿ ਕੇ ਬੰਦਿਆਂ ਦੀ ਕੈਟੇਗਰੀ ਦੇ ਵਿੱਚ। ਅਤੇ ਜੇ ਨੰਬਰ ਆਫ ਦੇਖਿਆ ਜਾਵੇ ਤਾਂ ਨੰਬਰ ਜੋ PM CM ਦਾ ਆ ਗਿਆ, ਦੈਟ ਇਜ਼ 23rd ਨੰਬਰ, ਠੀਕ ਹੈ। ਤਾਂ ਇਸ ਤਰ੍ਹਾਂ ਕਈ ਵਾਰੀ ਕਨਫਿਊਜ਼ਿੰਗ ਕੁਸ਼ਚਨ ਆ ਜਾਂਦਾ, ਕਈ ਵਾਰੀ ਬੰਦੇ ਦੀ ਕੈਟੇਗਰੀ 'ਚ ਪੁੱਛਿਆ ਜਾਂਦਾ ਕਿ ਕਿੰਨਵਾਂ ਨੰਬਰ ਦਾ ਪਰਸਨ ਹੈ, ਜਾਂ ਕਈ ਵਾਰੀ ਪੁੱਛਿਆ ਜਾਂਦਾ ਕਿ ਕਿੰਨਵੇਂ ਨੰਬਰ ਦੀ ਉਹਦਾ ਸੈਸ਼ਨ ਚੱਲ ਰਿਹਾ, ਠੀਕ ਹੈ। ਚਲੋ ਅੱਗੇ ਦੇਖਦੇ ਹਾਂ, ਪ੍ਰੈਜ਼ੈਂਟ ਗਵਰਨਰ, ਠੀਕ ਹੈ, ਜੋ ਐਟ ਪ੍ਰੈਜ਼ੈਂਟ ਸਾਡੇ ਗਵਰਨਰ ਨੇ, ਦੈਟ ਇਜ਼ VP ਸਿੰਘ ਬਦਨੌਰ, ਠੀਕ ਹੈ, ਆ ਰਹੇ। ਇਹ ਜੇ ਪੁੱਛੇ ਜਾਣਗੇ ਕਿਹੜੇ ਨੰਬਰ ਦੇ ਨੇ, ਇਹ 28th, ਠੀਕ ਹੈ, 28th ਗਵਰਨਰ ਨੇ ਸਾਡੇ ਪੰਜਾਬ ਦੇ। ਅਤੇ ਅਗੇਨ ਇਹਨਾਂ ਦਾ ਵੀ ਫੁੱਲ ਫਾਰਮ ਜੋ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, VP ਸਿੰਘ ਦਾ, ਦੈਟ ਇਜ਼ ਵਿਜੇਂਦਰ ਪਾਲ ਸਿੰਘ, ਠੀਕ ਹੈ, ਇਟ ਇਜ਼ ਵਿਜੇਂਦਰ ਪਾਲ ਸਿੰਘ, ਠੀਕ ਹੈ, ਵਿਜੇਂਦਰ ਪਾਲ ਸਿੰਘ ਬਦਨੌਰ ਜੋ ਹੈ ਇਹਨਾਂ ਦਾ ਫੁੱਲ ਨੇਮ ਆ ਜਾਂਦਾ ਹੈ, VP ਸਿੰਘ ਬਦਨੌਰ। ਫਿਰ ਪੁੱਛਿਆ ਜਾਏ ਕਿ ਪ੍ਰੈਜ਼ੈਂਟ ਵਿਧਾਨ ਸਭਾ ਸਪੀਕਰ ਕੌਣ ਨੇ, ਜਿਸ ਤਰ੍ਹਾਂ ਫਸਟ ਆਪਾਂ ਡਿਸਕਸ ਕਰ ਲਏ ਕਪੂਰ ਸਿੰਘ ਸੀਗੇ, ਅਤੇ ਪ੍ਰੈਜ਼ੈਂਟ ਜੋ ਨੇ ਰਾਣਾ KP ਸਿੰਘ, ਠੀਕ ਹੈ, ਰਾਣਾ KP ਸਿੰਘ, ਇਹ ਉਹਨਾਂ ਦੀ ਇਮੇਜ ਹੈ। ਅਗੇਨ KP ਸਿੰਘ ਦੀ ਫੁੱਲ ਫਾਰਮ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਇਟ ਇਜ਼ ਕੰਵਰਪਾਲ ਸਿੰਘ, ਠੀਕ ਹੈ, ਇਟ ਇਜ਼ ਕੰਵਰਪਾਲ ਸਿੰਘ। ਰਾਣਾ ਕੰਵਰਪਾਲ ਸਿੰਘ ਜੋ ਹੈ ਉਹ ਤੁਹਾਡੇ ਐਟ ਪ੍ਰੈਜ਼ੈਂਟ ਵਿਧਾਨ ਸਭਾ ਦੇ ਜੋ ਨੇ ਉਹ ਸਪੀਕਰ ਨੇ। ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਨੇ, ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੇ ਨੇ, INC, ਇੰਡੀਅਨ ਨੈਸ਼ਨਲ ਕਾਂਗਰਸ, ਠੀਕ ਹੈ। ਕਿਹੜੀ ਨੰਬਰ ਦੀ ਅਸੈਂਬਲੀ ਦੇ ਵਿੱਚ ਇਹ ਬੈਠੇ ਨੇ, 15th ਨੰਬਰ ਦੀ ਅਸੈਂਬਲੀ 'ਚ ਇਹ ਬੈਠੇ ਨੇ, ਠੀਕ ਹੈ। ਅਤੇ ਕਿਹੜੇ ਨੰਬਰ ਦੇ ਇਹ ਸਪੀਕਰ ਨੇ, ਕਈ ਵਾਰੀ ਇੱਕੋ ਅਸੈਂਬਲੀ 'ਚ ਅਸੀਂ ਦੋ ਵਾਰੀ ਸਪੀਕਰ ਜਾਂ ਤਿੰਨ ਵਾਰੀ ਚੁਣ ਲੈਂਦੇ, ਕਈ ਵਾਰੀ ਕਿਸੇ ਸਪੀਕਰ ਦੀ ਹੈਲਥ ਇਸ਼ੂ ਆ ਜਾਂਦੀ ਤਾਂ ਸਪੀਕਰ ਸਾਨੂੰ ਚੇਂਜ ਕਰਨਾ ਪੈਂਦਾ ਹੈ, ਤਾਂ ਨੰਬਰ ਜ਼ਿਆਦਾ ਹੈ। ਤਾਂ ਨੰਬਰ ਕਿੰਨਵਾਂ ਹੈ ਜੀ, 20th ਨੰਬਰ ਦੇ ਇਹ ਸਪੀਕਰ ਨੇ। ਅਤੇ ਕਿੰਨਵੇਂ ਸੈਸ਼ਨ ਦੇ, ਮਤਲਬ ਅਸੈਂਬਲੀ, ਇਹ ਤੁਸੀਂ ਧਿਆਨ ਰੱਖਣਾ, 15th ਜੋ ਹੈ ਇਹ ਤੁਹਾਡਾ ਹੈ ਅਸੈਂਬਲੀ, ਕਿ ਕਿੰਨਵੀਂ ਨੰਬਰ ਦੀ ਅਸੈਂਬਲੀ ਦੇ ਸਪੀਕਰ ਨੇ, ਤਾਂ 15ਵੀਂ ਅਸੈਂਬਲੀ ਦੇ ਸਪੀਕਰ ਨੇ ਅਤੇ 20th ਨੰਬਰ ਦੇ ਸਪੀਕਰ ਨੇ, ਠੀਕ ਹੈ। ਚਲੋ ਅੱਗੇ ਦੇਖਦੇ ਹਾਂ ਜੀ, ਪ੍ਰੈਜ਼ੈਂਟ ਡਿਪਟੀ ਸਪੀਕਰ ਕੌਣ ਨੇ ਜੀ, ਅਜੈਬ ਸਿੰਘ ਭੱਟੀ ਤੁਹਾਡੇ ਐਟ ਪ੍ਰੈਜ਼ੈਂਟ ਡਿਪਟੀ ਸਪੀਕਰ ਨੇ ਵਿਧਾਨ ਸਭਾ ਦੇ। ਫਿਰ ਤੁਹਾਡੇ ਪੰਜਾਬ ਦੇ ਲੋਕਪਾਲ ਕੌਣ ਨੇ, ਤੁਹਾਡੇ ਪੰਜਾਬ ਦੇ ਜੋ ਲੋਕਪਾਲ ਨੇ, ਦੈਟ ਇਜ਼ ਰਿਟਾਇਰਡ SK ਮਿੱਤਲ, ਠੀਕ ਹੈ, ਆਹ ਨੀਚੇ ਇਮੇਜ ਹੈ ਇਹਨਾਂ ਦੀ, ਆਹ ਤੁਹਾਡੇ VP ਸਿੰਘ ਬਦਨੌਰ ਖੜ੍ਹੇ ਨੇ, ਆਹ ਤੁਹਾਡੇ ਨੇ SK ਮਿੱਤਲ। ਅਤੇ ਅਗੇਨ SK ਦੀ ਫੁੱਲ ਫਾਰਮ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਜੀ, SK ਇਜ਼ ਸਤੀਸ਼ ਕੁਮਾਰ, ਠੀਕ ਹੈ, ਇਟ ਇਜ਼ ਸਤੀਸ਼ ਕੁਮਾਰ, ਠੀਕ ਹੈ, ਸਤੀਸ਼ ਕੁਮਾਰ ਮਿੱਤਲ, ਠੀਕ ਹੈ। ਸਮਝ ਆ ਰਿਹਾ ਜੀ ਸਾਰਿਆਂ ਨੂੰ, ਮੈਨੂੰ ਮਾੜਾ ਜਿਹਾ ਕਮੈਂਟ ਦੇ ਵਿੱਚ ਕੁਛ ਹਲਚਲ ਜੇ ਤੁਸੀਂ ਕਰ ਦਿਓ ਤਾਂ ਮੈਨੂੰ ਮਾੜਾ ਜਿਹਾ ਪਤਾ ਲੱਗ ਜਾਏਗਾ ਕਿ ਵੀ ਹਾਂਜੀ ਸਮਝ ਆ ਰਿਹਾ ਹੈ ਅਤੇ ਕੁਛ ਪੜ੍ਹਾਉਣ ਦੇ ਵਿੱਚ ਠੀਕ ਹੈ ਜਾਂ ਮਾਰਕਰ ਨਾਲ ਰਿਲੇਟਡ ਕੋਈ ਗੱਲਬਾਤ ਹੈ। ਚਲੋ ਅੱਗੇ ਸਟਾਰਟ ਕਰਦੇ ਹਾਂ, ਇੰਟਰੋਡਕਸ਼ਨ, ਠੀਕ ਹੈ। ਹੁਣ ਪੰਜਾਬ ਬਾਰੇ ਮੈਂ ਥੋੜ੍ਹੀਆਂ ਗੱਲਾਂ ਹੋਰ ਕਰਾਂਗਾ। ਸਭ ਤੋਂ ਪਹਿਲਾਂ ਤਾਂ ਪੰਜਾਬ ਦਾ ਨਾਮ, ਨੇਮ ਫੋਰਮੇਸ਼ਨ, ਠੀਕ ਹੈ, ਇਟ ਇਜ਼ ਪੰਜ ਆਬ, ਠੀਕ ਹੈ। ਪਹਿਲੀ ਗੱਲ ਤਾਂ ਪੁੱਛੇ ਜਾਂਦੇ ਕਿ ਇਹ ਨਾਮ ਕਿੱਥੋਂ ਆਏ ਨੇ, ਇਹ ਤੁਹਾਡੇ ਆਏ ਨੇ ਪਰਸ਼ੀਅਨ ਵਰਡਸ ਨੇ, ਇਹ ਇੰਪੋਰਟੈਂਟ ਹੈ, ਪਰਸ਼ੀਅਨ ਵਰਡਸ, ਠੀਕ ਹੈ, ਪਰਸ਼ੀਅਨ ਵਰਡਸ ਨੇ ਇਹ ਜਿਹੜੇ ਤੁਹਾਡੇ ਇੱਥੇ ਪੰਜ ਆਬ ਜੋ ਹੈ। ਮਤਲਬ ਕੀ ਹੋ ਜਾਂਦਾ ਤੁਹਾਨੂੰ ਸਭ ਨੂੰ ਪਤਾ ਹੈ, ਪੰਜ ਮਤਲਬ 5 ਅਤੇ ਆਬ ਮਤਲਬ ਕੀ ਹੋ ਜਾਂਦਾ ਹੈ ਜੀ, ਵਾਟਰਸ, ਬੇਸਿਕਲੀ ਆਬ ਦਾ ਮਤਲਬ ਹੁੰਦਾ ਵਾਟਰਸ, ਰਿਵਰਸ ਨਹੀਂ ਹੁੰਦਾ, ਵਾਟਰਸ ਹੁੰਦਾ, ਠੀਕ ਹੈ, ਪੰਜ ਆਬ, ਠੀਕ ਹੈ। ਫਿਰ ਤੁਹਾਡੇ ਕੋਲ ਆ ਜਾਂਦਾ ਜੀ, ਇਹਨਾਂ ਪੰਜਾਂ ਦੇ ਨਾਮ ਕੀ ਨੇ ਜੀ, ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਲਮ। ਐਂਸ਼ੀਅੰਟ ਜੋ ਪੁਰਾਣੇ ਸਮਿਆਂ ਦੇ ਵਿੱਚ ਪੰਜ ਨਹੀਂ ਸੀਗੇ, ਇਹ ਬੇਸਿਕਲੀ ਟੋਟਲ 7 ਸੀਗੇ, ਉਸ ਟਾਈਮ ਇਹਦਾ ਨਾਮ ਸੀਗਾ ਸਪਤ ਸਿੰਧੂ, ਠੀਕ ਹੈ। ਤਾਂ ਹੋਰ ਦੋ ਕਿਹੜੇ ਸੀਗੇ, ਇੰਡਸ ਅਤੇ ਸਰਸਵਤੀ, ਇਹ ਦੋਨੋਂ ਜਿਹੜੇ ਆ ਉਹ ਨਾਲ ਸੀਗੇ। ਇਸ ਤੋਂ ਇਲਾਵਾ ਆਫਟਰ ਪਾਰਟੀਸ਼ਨ
ਜਦੋਂ ਪੰਜਾਬ ਦੀ ਪਾਰਟੀਸ਼ਨ ਹੋ ਗਈ 1947 ਜਿਵੇਂ ਆਪਾਂ ਹੁਣੇ ਪਿੱਛੇ ਪੜ੍ਹ ਕੇ ਆਏ ਹਾਂ, ਤਾਂ ਅਸੀਂ ਜਿਹੜੇ ਸਾਡੇ ਦੋ ਮੇਨ ਸੀਗੇ ਰਿਵਰਸ, ਚਨਾਬ ਅਤੇ ਜੇਹਲਮ, ਇਹ ਸਾਨੂੰ ਪਾਕਿਸਤਾਨ ਨੂੰ ਦੇਣੇ ਪੈ ਗਏ। ਠੀਕ ਹੈ, ਸਾਡੀ ਜਦੋਂ ਪਾਰਟੀਸ਼ਨ ਹੋ ਗਈ ਤਾਂ ਅਸੀਂ ਡਿਵਾਈਡ ਹੋ ਗਏ, ਚਨਾਬ ਅਤੇ ਜੇਹਲਮ ਜੋ ਸਾਡੀਆਂ ਦੋ ਦਰਿਆ ਨੇ ਸਾਡੇ, ਉਹ ਸਾਨੂੰ ਪਾਕਿਸਤਾਨ ਨੂੰ ਦੇਣੇ ਪੈ ਗਏ ਅਤੇ ਸਾਡੇ ਕੋਲ ਪਿੱਛੇ ਤਿੰਨ ਰਹਿ ਗਏ। ਠੀਕ ਹੈ, ਤਾਂ ਹੁਣ ਅਸੀਂ ਨਾਮ ਨਹੀਂ ਚੇਂਜ ਕਰ ਸਕਦੇ, ਤਿੰਨ ਆਪ ਨਹੀਂ ਕਹਿ ਸਕਦੇ, ਪੰਜਾਬ ਹੀ ਰਹੇਗਾ ਇਹ। ਠੀਕ ਹੈ, ਚਲੋ ਅੱਗੇ ਦੇਖਦੇ ਹਾਂ ਸਾਡੇ ਪੰਜਾਬ ਦੀ ਲੋਕੇਸ਼ਨ। ਠੀਕ ਹੈ, ਇੰਡੀਆ ਦੇ ਵਿੱਚ ਕਿੱਥੇ ਹੈ ਪੁੱਛੀ ਗਈ ਹੈ, ਇਟ ਇਜ਼ ਨੌਰਥ ਵੈਸਟ। ਠੀਕ ਹੈ, ਜੇ ਤੁਸੀਂ ਡਰਾ ਕਰਕੇ ਦੇਖੋ ਈਸਟ ਵੈਸਟ ਨੌਰਥ ਸਾਊਥ, ਤਾਂ ਜੇ ਇਹਦੇ 'ਚ ਮੈਂ ਇੰਡੀਆ ਦਾ ਮੈਪ ਇਸ ਤਰ੍ਹਾਂ ਡਰਾ ਕਰਦਾ ਕੁਛ, ਠੀਕ ਹੈ, ਤਾਂ ਆਪਾਂ ਕੁਛ ਇਸ ਹਿੱਸੇ 'ਚ ਪੈਂਦੇ। ਠੀਕ ਹੈ, ਤਾਂ ਇਹ ਹੈ ਤੁਹਾਡਾ ਨੌਰਥ ਵੈਸਟ ਰੀਜਨ। ਠੀਕ ਹੈ, ਫਿਰ ਪੰਜਾਬ ਇਜ਼ ਏ ਲੈਂਡ ਲੋਕਡ ਸਟੇਟ, ਇੰਪੋਰਟੈਂਟ ਹੈ ਜੀ, ਪੰਜਾਬ ਇੱਕ ਲੈਂਡ ਲੋਕਡ ਸਟੇਟ ਹੈ। ਇਹਦਾ ਮਤਲਬ ਕੀ ਹੁੰਦਾ ਹੈ ਕਿ ਇਹੋ ਜਿਹੀ ਸਟੇਟ ਜਿਹੜੀ ਚਾਰੇ ਪਾਸਿਓਂ ਲੈਂਡ ਨਾਲ ਘਿਰੀ ਹੋਵੇ, ਮਤਲਬ ਕਿਸੇ ਵੀ ਪਾਸਿਓਂ ਸਮੁੰਦਰ ਨਹੀਂ ਟੱਚ ਕਰਦਾ ਇਹਨੂੰ। ਠੀਕ ਹੈ, ਲੈਂਡ ਨਾਲ ਘਿਰੀ ਹੋਈ ਆ, ਜ਼ਮੀਨੀ ਸਤਾ ਨਾਲ ਘਿਰੀ ਹੋਈ ਆ ਇਹ ਸਾਰੇ ਪਾਸਿਓਂ, ਤਿੰਨਾਂ ਪਾਸਿਓਂ ਚਾਰੇ ਪਾਸਿਓਂ, ਤਾਂ ਇਹਨੂੰ ਲੈਂਡ ਲੋਕਡ ਸਟੇਟ ਜੋ ਹੈ ਬੋਲਿਆ ਜਾਂਦਾ। ਨੌਰਥ ਦੇ ਵਿੱਚ ਇਹਦੇ ਹੈ ਜੰਮੂ ਐਂਡ ਕਸ਼ਮੀਰ, ਈਸਟ ਦੇ ਵਿੱਚ ਇਹਦੇ ਪੈਂਦਾ ਹੈ ਹਿਮਾਚਲ ਪ੍ਰਦੇਸ਼, ਸਾਊਥ ਅਤੇ ਸਾਊਥ ਈਸਟ ਦੇ ਵਿੱਚ ਇਹਦੇ ਪੈਂਦਾ ਹੈ ਹਰਿਆਣਾ, ਅਤੇ ਸਾਊਥ ਵੈਸਟ ਦੇ ਵਿੱਚ ਇਹਦੇ ਪੈਂਦਾ ਹੈ ਰਾਜਸਥਾਨ। ਹੁਣ ਵੈਸਟ ਦੇ ਵਿੱਚ ਇਹਦੇ ਕੋਈ ਸਟੇਟ ਨਹੀਂ ਪੈਂਦਾ, ਵੈਸਟ 'ਚ ਇਹਦੇ ਪੈਂਦਾ ਹੈ ਪਾਕਿਸਤਾਨ। ਪਾਕਿਸਤਾਨ ਇਹਦੀ ਨੇਬਰ ਕੰਟਰੀ ਹੈ। ਠੀਕ ਹੈ, ਤਾਂ ਸਾਡਾ ਜੋ ਮਹਾਕਾਲ ਵਾਲਾ ਡਾਇਲੋਗ ਮਾਰੋ, ਮਹਾਕਾਲ ਵਾਲਾ ਡਾਇਲੋਗ ਮੇਰਾ ਨਹੀਂ ਹੈਗਾ ਜੀ, ਮਹਾਕਾਲ ਵਾਲਾ ਡਾਇਲੋਗ ਅੱਡਾ ਦਾ ਫੇਮਸ ਡਾਇਲੋਗ ਹੈ, ਬਟ ਉਹ ਮੇਰਾ ਪੰਜਾਬ ਦੇ ਵਿੱਚ ਨਹੀਂ ਚੱਲੇਗਾ ਜੀ, ਇੱਥੇ ਤਾਂ ਮੈਂ ਬੋਲੇ ਸੋਨੇ ਹਾਲ ਹੀ ਜੈਕਾਰਾ ਛੱਡ ਸਕਦਾ। ਠੀਕ ਹੈ, ਮਹਾਕਾਲ ਨਹੀਂ ਚੱਲੇਗਾ ਇੱਥੇ। ਤਾਂ ਪਾਕਿਸਤਾਨ ਜੋ ਹੈ ਉਹ ਸਾਡੇ ਪੰਜਾਬ ਦੀ ਨੇਬਰ ਕੰਟਰੀ ਹੈ, ਅਤੇ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਜੰਮੂ ਇਹ ਨੇਬਰ ਸਟੇਟਸ ਨੇ। ਧਿਆਨ ਰੱਖਿਓ, ਚਾਰ ਨੇਬਰ ਸਟੇਟਸ ਨੇ, ਇੱਕ ਜੋ ਹੈ ਉਹ ਤੁਹਾਡੀ ਨੇਬਰ ਕੰਟਰੀ ਹੈ। ਸਰ ਟਾਈਮ ਡੇਲੀ ਕਲਾਸ ਹੋਵੇਗੀ ਇਸ ਟਾਈਮ? ਨਹੀਂ ਜੀ, ਅੱਜ ਜੋ ਹੈ ਟਾਈਮ ਥੋੜ੍ਹਾ ਜਿਹਾ ਵੇਰੀਏਸ਼ਨ ਕੀਤਾ ਹੈ, ਥੋੜ੍ਹੀ ਜਿਹੀ ਇੰਟਰਨੈਟ ਦੀ ਇਸ਼ੂ ਸੀ। ਸ਼ਾਮ ਨੂੰ 4:30 ਵਜੇ ਜੋ ਹੈ ਉਹ ਡੇਲੀ ਕਲਾਸ ਹੋਇਆ ਕਰੇਗੀ, ਅੱਜ ਸ਼ਾਮੀ ਵੀ ਹੈ, ਮਤਲਬ ਅੱਜ ਦੇ ਦਿਨ 'ਚ ਦੋ ਕਲਾਸਾਂ ਨੇ ਬੇਸਿਕਲੀ। ਹੁਣ ਮੈਂ ਤੁਹਾਨੂੰ ਪੰਜਾਬ GK ਪੜ੍ਹਾ ਰਿਹਾ, ਅਤੇ ਸ਼ਾਮ ਨੂੰ ਜੋ ਹੈ ਮੈਂ ਤੁਹਾਨੂੰ ਪੜ੍ਹਾਵਾਂਗਾ ਤੁਹਾਡੀ ਆਪਣੀ ਬਾਇਓਲੋਜੀ। ਠੀਕ ਹੈ, ਹਿਊਮਨ ਬਲੱਡ ਜੋ ਉਹਦੇ 'ਚ ਟੋਪਿਕ ਰਹੇਗਾ। ਠੀਕ ਹੈ, ਚਲੋ ਅੱਗੇ ਦੇਖਦੇ ਹਾਂ। ਐਂਸ਼ੀਅੰਟ ਨੇਮ, ਜੋ ਸਾਡੀਆਂ ਨਹਿਰਾਂ ਨੇ ਉਹਦੇ ਐਂਸ਼ੀਅੰਟ ਨੇਮਸ ਪੁੱਛੇ ਜਾਂਦੇ ਨੇ, ਇਹ ਪ੍ਰੀਵੀਅਸਲੀ ਤੁਹਾਡੇ ਪੁੱਡਾ ਦੇ ਕਲਰਕ ਦੇ ਐਗਜ਼ਾਮ ਦੇ ਵਿੱਚ ਆਏ ਸੀਗੇ। ਠੀਕ ਹੈ, ਚਲੋ ਸਭ ਤੋਂ ਪਹਿਲਾਂ ਜੋ ਨਾਮ ਅਸੀਂ ਜਾਣਦੇ ਹਾਂ ਸਤਲੁਜ, ਸਾਡਾ ਸਤਲੁਜ ਦਰਿਆ ਹੈ। ਠੀਕ ਹੈ, ਤਾਂ ਸਤਲੁਜ ਦਾ ਐਂਸ਼ੀਅੰਟ ਨੇਮ, ਮਤਲਬ ਪੁਰਾਣੇ ਸਮੇਂ ਦੇ ਵਿੱਚ ਇਹਨੂੰ ਕੀ ਜਾਣਿਆ ਜਾਂਦਾ ਸੀ, ਦੈਟ ਵਾਜ਼ ਸੁਤੁਰਦੀ। ਠੀਕ ਹੈ, ਸੁਤੁਰਦੀ ਇਹਦਾ ਪੁਰਾਣਾ ਨਾਮ ਸੀ, ਐਂਸ਼ੀਅੰਟ ਨੇਮ ਸੀਗਾ। ਵਿਜੇ ਗੁਲੀਆ ਜੀ ਕਹਿ ਰਹੇ ਨੇ ਕਿ ਹਿਮਾਚਲ ਈਸਟ 'ਚ ਕਿਸ ਤਰ੍ਹਾਂ, ਤੁਸੀਂ ਬਿਲਕੁਲ ਸਹੀ, ਚਲੋ ਕਹਿ ਸਕਦੇ ਹਾਂ, ਬੇਸਿਕਲੀ ਇਹ ਈਸਟ ਵੈਸਟ ਹੋਏਗਾ। ਠੀਕ ਹੈ, ਹਿਮਾਚਲ ਜੋ ਹੈ ਉਹ ਈਸਟ ਵੈਸਟ 'ਚ ਬੋਲ ਸਕਦੇ ਹਾਂ, ਬਟ ਮੈਂ ਇੱਕ MCQ ਕੁਸ਼ਚਨ ਦੇਖਿਆ ਸੀਗਾ, ਉਹਦੇ 'ਚ ਉਹਨਾਂ ਨੇ ਸਿਰਫ ਈਸਟ ਲਿਖਿਆ ਸੀ, ਮੈਂ ਤਾਂ ਈਸਟ ਲਿਖਤਾ, ਮੈਨੂੰ ਵੀ ਪਤਾ ਈਸਟ ਵੈਸਟ 'ਚ ਆਉਂਦਾ ਹੈ। ਠੀਕ ਹੈ, ਤਾਂ ਮੈਂ ਕਿਸੇ MCQ ਕੁਸ਼ਚਨ ਨੂੰ ਦੇਖ ਕੇ ਮੈਂ ਈਸਟ ਲਿਖਿਆ ਸੀ, ਹੋ ਸਕਦਾ ਕਿ ਪੰਜਾਬ ਦੀ ਕਿਸੇ ਜੋ ਜਿੱਥੋਂ ਉਹ ਐਗਜ਼ਾਮ ਕੁਸ਼ਚਨ ਪਾਉਂਦੇ ਹੋਣ ਉੱਥੇ ਹੋ ਸਕਦਾ ਈਸਟ ਲਿਖਿਆ ਹੋਵੇ, ਤਾਂ ਕਰਕੇ ਮੈਂ ਈਸਟ ਹੀ ਲਿਖਵਾਤਾ। ਬੇਸਿਕਲੀ ਹਿਮਾਚਲ ਜੋ ਹੈ ਈਸਟ ਵੈਸਟ ਦੇ ਵਿੱਚ ਆਉਂਦਾ ਹੈ, ਬੇਸਿਕਲੀ ਈਸਟ ਜਾਂ ਈਸਟ ਵੈਸਟ ਆਪਾਂ ਦੋਨੋਂ ਕਹਿ ਸਕਦੇ ਹਾਂ। ਠੀਕ ਹੈ, ਦੂਸਰਾ ਦਰਿਆ ਜੋ ਸਾਡਾ ਪੰਜਾਬ ਦਾ ਆਉਂਦਾ ਹੈ, ਦੈਟ ਇਜ਼ ਬਿਆਸ। ਠੀਕ ਹੈ, ਅਤੇ ਉਹਦਾ ਐਂਸ਼ੀਅੰਟ ਨੇਮ ਹੈ ਵਿਪਾਸ। ਠੀਕ ਹੈ, ਫਿਰ ਤੁਹਾਡਾ ਆਉਂਦਾ ਹੈ ਰਾਵੀ, ਰਾਵੀ ਦਾ ਐਂਸ਼ੀਅੰਟ ਨੇਮ ਜੋ ਹੈ ਦੈਟ ਇਜ਼ ਪੁਰੂਸ਼ਨੀ। ਫਿਰ ਤੁਹਾਡੇ ਕੋਲ ਆਉਂਦਾ ਹੈ ਦਰਿਆ ਚਨਾਬ, ਚਨਾਬ ਦਾ ਜੋ ਨਾਮ ਹੈ ਦੈਟ ਇਜ਼ ਅਸੀਕਨੀ। ਫਿਰ ਤੁਹਾਡਾ ਦਰਿਆ ਆਉਂਦਾ ਹੈ ਜੇਹਲਮ, ਜੇਹਲਮ ਦਾ ਨਾਮ ਹੈ ਵਿਤਾਤਸਾ। ਠੀਕ ਹੈ, ਜੇਹਲਮ ਦੇ ਨਾਮ ਤੋਂ ਤੁਸੀਂ ਇੱਕ ਨਾਮ ਹੋਰ ਯਾਦ ਰੱਖਣਾ ਹੈ, ਦੈਟ ਇਜ਼ ਹੈਡਾਸਪੀਸ। ਠੀਕ ਹੈ, ਹੈਡਾਸਪੀਸ ਇਹ ਨਾਮ ਵੀ ਤੁਸੀਂ ਯਾਦ ਰੱਖਣਾ ਹੈ, ਸਪੈਲਿੰਗ ਮੈਂ ਲਿਖ ਦਿੰਦਾ HYDASPES। ਠੀਕ ਹੈ, ਹੈਡਾਸਪੀਸ ਤੁਸੀਂ ਨਾਮ ਯਾਦ ਰੱਖਣਾ ਹੈ, ਜੇਹਲਮ ਦਾ ਹੀ ਨਾਮ ਹੈ, ਅਲੈਗਜ਼ੈਂਡਰ ਅਤੇ ਪੋਰਸ। ਠੀਕ ਹੈ, ਪੋਰਸ ਪੰਜਾਬ ਦਾ ਰਾਜਾ ਸੀ, ਉਹਦੀ ਲੜਾਈ ਹੋਈ ਸੀ ਜੇਹਲਮ ਦੇ ਕੰਢੇ, ਅਤੇ ਉਸ ਲੜਾਈ ਨੂੰ ਬੈਟਲ ਆਫ ਹੈਡਾਸਪੀਸ ਬੋਲਿਆ ਜਾਂਦਾ ਹੈ। ਅਤੇ ਜੇਹਲਮ ਨੂੰ ਉਸ ਟਾਈਮ ਹੋ ਸਕਦਾ ਹੈ ਪਰਸ਼ੀਅਨ ਲੈਂਗੁਏਜ ਦੇ ਵਿੱਚ ਜਾਂ ਗ੍ਰੀਕ ਮੈਸੀਡੋਨੀਅਨ ਲੈਂਗੁਏਜ ਦੇ ਵਿੱਚ ਬੇਸਿਕਲੀ, ਕਿਉਂਕਿ ਅਲੈਗਜ਼ੈਂਡਰ ਜੋ ਸੀ ਉਹ ਮੈਸੀਡੋਨੀਆ ਤੋਂ ਆਇਆ ਸੀ। ਠੀਕ ਹੈ, ਤਾਂ ਹੋ ਸਕਦਾ ਉਹਨਾਂ ਦੀ ਲੈਂਗੁਏਜ ਦੇ ਵਿੱਚ ਜੇਹਲਮ ਨੂੰ ਉਹਨਾਂ ਨੇ ਹੈਡਾਸਪੀਸ ਬੋਲਿਆ ਹੋਵੇ, ਤਾਂ ਬੈਟਲ ਆਫ ਹੈਡਾਸਪੀਸ ਬੋਲਿਆ ਜਾਂਦਾ ਹੈ। ਜੇਹਲਮ ਜੋ ਦਰਿਆ ਹੈ ਉਹਦਾ ਨਾਮ ਵੀ ਆਪਾਂ ਹੈਡਾਸਪੀਸ ਕਹਿ ਸਕਦੇ ਹਾਂ। ਫਿਰ ਤੁਹਾਡੇ ਕੋਲ ਉਸ ਤੋਂ ਬਾਅਦ ਆਉਂਦਾ ਹੈ ਇੰਡਸ, ਇੰਡਸ ਨੂੰ ਪੁਰਾਣੇ ਸਮੇਂ 'ਚ ਜਾਣਿਆ ਜਾਂਦਾ ਸੀ ਸਿੰਧੂ ਦੇ ਨਾਮ ਤੋਂ। ਠੀਕ ਹੈ, ਸਿੰਧੂ ਘਾਟੀ ਸੱਭਿਅਤਾ ਤੁਸੀਂ ਸੁਣੀ ਹੋਏਗੀ। ਫਿਰ ਲਾਸਟ ਆਉਂਦਾ ਤੁਹਾਡੇ ਕੋਲ ਘੱਗਰ,
ਘੱਗਰ ਨੂੰ ਜੋ ਹੈ ਸਰਸਵਤੀ ਦੇ ਨਾਮ ਤੋਂ ਜਾਣਿਆ ਜਾਂਦਾ। ਸਰਸਵਤੀ ਦੇ ਕੁਸ਼ਚਨ ਹੋਰ ਯਾਦ ਰੱਖਿਓ, ਪੁੱਛਿਆ ਜਾਂਦਾ ਹੈ ਜੇ ਕਦੀ ਹੈਡਾ ਸਪੀਸ ਕਿਸ ਰਿਵਰ ਕੋ ਕਹਿੰਦੇ ਹਾਂ ਜੀ, ਜੇਲਮ, ਜੇਲਮ ਨੂੰ ਕਹਿੰਦੇ ਹਾਂ ਜੀ ਆਪਾਂ ਹੈਡਾ ਸਪੀਸ, ਠੀਕ ਹੈ। ਤਾਂ ਸਰਸਵਤੀ ਤੋਂ ਇੱਕ ਕੁਸ਼ਚਨ ਪੁੱਛਿਆ ਜਾਂਦਾ ਹੈ ਕਿ ਇੰਡੀਆਜ਼ ਮੋਸਟ ਪਾਇਸ ਰਿਵਰ, ਠੀਕ ਹੈ, ਸਪੈਲਿੰਗ ਦੇਖੋ ਪਾਇਸ, PIOUS, ਪਾਇਸ ਦਾ ਮਤਲਬ ਹੁੰਦਾ ਹੈ ਜੀ ਪਵਿੱਤਰ। ਇੰਡੀਆ ਦੀ ਸਭ ਤੋਂ ਪਵਿੱਤਰ ਨਦੀ ਕਿਹੜੀ ਮੰਨੀ ਜਾਂਦੀ ਹੈ ਜੀ? ਇੰਡੀਆ ਦੀ ਸਭ ਤੋਂ ਪਵਿੱਤਰ ਨਦੀ ਜਿਹੜੀ ਮੰਨੀ ਜਾਂਦੀ ਹੈ ਉਹ ਜੀ ਸਰਸਵਤੀ ਮੰਨੀ ਜਾਂਦੀ ਹੈ, ਧਿਆਨ ਰੱਖਿਓ। ਗੰਗਾ 'ਚ ਨਹੀਂ ਆਏਗਾ, ਸਰਸਵਤੀ ਨੂੰ ਮੰਨਿਆ ਜਾਂਦਾ ਸਭ ਤੋਂ ਜ਼ਿਆਦਾ ਪਵਿੱਤਰ, ਠੀਕ ਹੈ, ਧਿਆਨ ਰੱਖਿਓ। ਹੋਰ ਇਹਦੇ 'ਚ ਮੈਂ ਚਲੋ ਤੁਹਾਨੂੰ ਇੱਕ ਦੋ ਚੀਜ਼ਾਂ ਹੋਰ ਲਿਖਵਾ ਦਿੰਦਾ। ਸਰਸਵਤੀ ਦਾ ਜੋ ਨਾਮ ਹੈ ਉਹ ਰਿਗਵੇਦ ਦੇ ਵਿੱਚ ਵੀ ਲਿਖਿਆ ਗਿਆ ਹੈ, ਠੀਕ ਹੈ। ਜੇ ਪੁੱਛਿਆ ਜਾਵੇ ਕਿ ਕਿਹੜੀ ਨਦੀ ਦਾ ਮੈਨਸ਼ਨ ਜੋ ਹੈ ਉਹ ਰਿਗਵੇਦ ਦੇ ਵਿੱਚ ਹੈ, ਤਾਂ ਉਹ ਤੁਹਾਡੀ ਸਰਸਵਤੀ ਦਾ ਨਾਮ ਜੋ ਹੈ ਉਹ ਰਿਗਵੇਦ ਦੇ ਵਿੱਚ ਲਿਖਿਆ। ਵੈਸੇ ਗੰਗਾ ਦਾ ਵੀ ਹੈ, ਬਟ ਆਪਾਂ ਆਹ ਨਦੀਆਂ ਪੜ੍ਹ ਰਹੇ ਹਾਂ ਤਾਂ ਆਪਾਂ ਇੱਥੇ ਰੱਖਾਂਗੇ। ਇਨ ਵਿੱਚ ਇਟ ਇਜ਼ ਮੈਨਸ਼ਨ, ਸੰਜੇ ਫਾਇਰ ਪਲੀਜ਼ ਆਪਣਾ ਕੁਸ਼ਚਨ ਥੋੜ੍ਹਾ ਜਿਹਾ ਇਲੈਬੋਰੇਟ ਕਰੋ। ਇਨ ਵਿੱਚ ਇਟ ਇਜ਼ ਮੈਨਸ਼ਨ ਮੈਨੂੰ ਸਮਝ ਨਹੀਂ ਆਇਆ ਕੁਸ਼ਚਨ, ਤੁਸੀਂ ਦੁਬਾਰਾ ਥੋੜ੍ਹਾ ਜਿਹਾ ਲਿਖੋ, ਮੈਂ ਸਮਝਾ ਦਿੰਦਾ, ਕੋਈ ਦਿੱਕਤ ਨਹੀਂ ਹੈ। ਹੁਣ ਇਹਨਾਂ ਨਦੀਆਂ ਦੀ ਥੋੜ੍ਹੀ ਥੋੜ੍ਹੀ ਲੰਬਾਈ ਵੀ ਤੁਸੀਂ ਇੱਥੇ ਨੋਟ ਕਰ ਲਓ, ਠੀਕ ਹੈ। ਦੈਟ ਇਜ਼ 1400, ਮੈਂ ਸਾਰਾ ਕਲੀਨ ਕਰਕੇ ਦੁਬਾਰਾ ਲਿਖ ਦਿੰਦਾ। ਸਤਲੁਜ ਦੀ ਜੋ ਲੰਬਾਈ ਹੈ ਉਹ ਮੇਰੇ ਕੋਲ ਨੋਟਡ ਹੈ 1450 ਕਿਲੋਮੀਟਰ, ਅਤੇ ਇੰਡੀਆ ਦੇ ਵਿੱਚ ਇਹ ਜੋ ਚੱਲਦੀ ਹੈ ਦੈਟ ਇਜ਼ 1080 ਕਿਲੋਮੀਟਰ, ਬਾਕੀ ਜੋ ਹੈ ਆਊਟਸਾਈਡ ਇੰਡੀਆ ਜੋ ਹੈ ਉਹ ਚੱਲਦੀ ਹੈ। ਬਿਆਸ ਦੀ ਲੰਬਾਈ ਜੋ ਮੇਰੇ ਕੋਲ ਨੋਟਡ ਹੈ ਦੈਟ ਇਜ਼ 460 ਕਿਲੋਮੀਟਰ। ਰਾਵੀ ਦੀ ਲੰਬਾਈ ਜੋ ਹੈ ਮੇਰੇ ਕੋਲ ਨੋਟਡ ਦੈਟ ਇਜ਼ 720 ਕਿਲੋਮੀਟਰ। ਫਿਰ ਤੁਹਾਡੇ ਕੋਲ ਆਉਂਦੀ ਹੈ ਅਸੀਕਨੀ ਚਨਾਬ, ਇਹ ਹੈ 1180 ਕਿਲੋਮੀਟਰ। ਜੇਲਮ ਦੀ ਜੋ ਲੰਬਾਈ ਹੈ ਜਾਂ ਹੈਡਾ ਸਪੀਸ ਦੀ ਜੋ ਲੰਬਾਈ ਹੈ ਦੈਟ ਇਜ਼ 725 ਕਿਲੋਮੀਟਰ। ਇੰਡਸ ਦੀ ਲੰਬਾਈ ਮੈਂ ਤੁਹਾਨੂੰ ਨੈਕਸਟ ਸਲਾਈਡ 'ਚ ਦੱਸਾਂਗਾ, ਠੀਕ ਹੈ, ਇੱਥੇ ਮੈਂ ਨਹੀਂ ਲਿਖਾਂਗਾ ਇੰਡਸ ਦੀ, ਠੀਕ ਹੈ। ਤਾਂ ਆਹ ਲੰਬਾਈਆਂ ਵੀ ਤੁਸੀਂ ਨਾਲ ਨਾਲ ਨੋਟ ਕਰਨੀਆਂ ਨੇ। ਫਿਰ ਇਹਦੇ 'ਚੋਂ ਤੁਸੀਂ ਇੱਕ ਚੀਜ਼ ਹੋਰ ਨੋਟ ਕਰ ਲਓ ਨਾਲ, ਕਿ ਇਹਨਾਂ ਦੀ ਲੰਬਾਈ ਦੇ ਅਕੋਰਡਿੰਗ ਇੱਕ ਛੋਟੀ ਜਿਹੀ ਟ੍ਰਿਕ ਹੈ ਕਿ ਕਿਸ ਤਰ੍ਹਾਂ ਤੁਸੀਂ ਯਾਦ ਰੱਖ ਸਕਦੇ ਹੋ ਕਿ ਕਿਹੜੀ ਨਹਿਰ ਲੰਬੀ ਸੀ ਕਿਹੜੀ ਛੋਟੀ ਸੀ। ਇਟ ਇਜ਼ ICS RJB, ਠੀਕ ਹੈ। ਇੰਡਸ, ਚਨਾਬ, ਸਤਲੁਜ, ਰਾਵੀ, ਜੇਲਮ, ਬਿਆਸ, ICS, ਠੀਕ ਹੈ। ICS ਸਿਵਲ ਸਰਵਿਸਿਜ਼ ਹੁੰਦੀਆਂ ਨੇ, ਇੰਡੀਅਨ ਸਿਵਲ ਸਰਵਿਸਿਜ਼। RJ ਦਾ ਤੁਸੀਂ ਕਹਿ ਸਕਦੇ ਹੋ ਰਾਜਸਥਾਨ, ਐਂਡ 'ਤੇ ਇੱਕ ਹੀ ਬਚੇਗੀ ਦੈਟ ਇਜ਼ B, ਠੀਕ ਹੈ, B ਫੋਰ ਬਿਆਸ। ਤਾਂ ਇਹ ਟ੍ਰਿਕ ਹੈ ICS ਰਾਜਸਥਾਨ B, ਠੀਕ ਹੈ। ਤਾਂ ਇਸ ਤਰ੍ਹਾਂ ਤੁਸੀਂ ਯਾਦ ਰੱਖ ਸਕਦੇ ਹੋ ਕਿ ਸਭ ਤੋਂ ਲੰਬੀ ਕਿਹੜੀ ਹੈ, ਇੰਡਸ, ਫਿਰ ਦੂਸਰੇ ਨੰਬਰ 'ਤੇ ਚਨਾਬ, ਤੀਸਰੇ ਨੰਬਰ 'ਤੇ ਸਤਲੁਜ, ਚੌਥੇ 'ਤੇ ਰਾਵੀ, ਫਿਰ ਜੇਲਮ, ਫਿਰ ਬਿਆਸ। ਸਭ ਤੋਂ ਛੋਟੀ ਤੁਹਾਡੀ ਆ ਜਾਏਗੀ ਬਿਆਸ। ਹੁਣ ਇਹਨੇ ਵੀ ਤੁਸੀਂ ਕਿਸ ਤਰ੍ਹਾਂ ਯਾਦ ਰੱਖਣਾ, ਬਿਆਸ ਤਾਂ ਤੁਸੀਂ ਈਜ਼ੀਲੀ ਯਾਦ ਕਰ ਲਓਗੇ ਜੀ, ਬਿਆਸ ਵਿਪਾਸ ਮਿਲਦੇ ਜੁਲਦੇ ਹੀ ਆ, ਸਤਲੁਜ ਸਤੁਰਦੀ ਮਿਲਦੇ ਜੁਲਦੇ ਹੀ ਆ। ਹੁਣ ਇਹਨੂੰ ਰਾਵੀ ਨੂੰ ਪੁਰਸ਼ਨੀ ਨੂੰ ਕਿਸ ਤਰ੍ਹਾਂ ਯਾਦ ਰੱਖਣਾ, ਇਹਨੂੰ ਤੁਸੀਂ ਯਾਦ ਕਰ ਲਓ ਜੀ PR। ਪੰਜਾਬ ਦੇ ਬੰਦੇ ਬਹੁਤ PR ਲਵਾਉਂਦੇ ਆ ਜੀ ਕੈਨੇਡਾ ਦੀ, PR ਪੁਰਸ਼ਨੀ ਰਾਵੀ। ਗਰਮੀ ਬਹੁਤ ਆ ਜੀ, AC ਚਲਾ ਦਿਓ। ਅਸੀਕਨੀ ਚਨਾਬ, ਠੀਕ ਹੈ। ਤਾਂ ਇਹਨਾਂ ਦੋਨਾਂ ਨੂੰ ਤੁਸੀਂ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ, AC ਅਸੀਕਨੀ ਚਨਾਬ, PR ਪੁਰਸ਼ਨੀ ਰਾਵੀ, ਠੀਕ ਹੈ। ਵਿਪਾਸ ਵਿਆਸ ਤੁਹਾਨੂੰ ਵੈਸੇ ਦਿਖ ਜਾਏਗਾ, ਸਤੁਰਦੀ ਸਤਲੁਜ ਤੁਹਾਨੂੰ ਵੈਸੇ ਦਿਖ ਜਾਏਗਾ, ਵਿਤਾਤਸਾ ਤੁਹਾਨੂੰ ਮਾੜਾ ਯਾਦ ਰੱਖਣਾ ਪੈਣਾ, ਠੀਕ ਹੈ, VJ, ਜਿਸ ਤਰ੍ਹਾਂ ਵੀ ਤੁਹਾਨੂੰ ਯਾਦ ਰੱਖਾਂਦਾ, ਠੀਕ ਹੈ। ਛੋਟੇ ਛੋਟੇ ਟ੍ਰਿਕ ਹੈ, ਹੁਣੇ ਬਣਾ ਰਿਹਾ ਬਸ ਮਾੜੇ ਮਾੜੇ, ਠੀਕ ਹੈ। ਹਾਂਜੀ ਸੰਜੇ ਫਾਇਰ, ਇੰਡਸ ਇਜ਼ ਨੋਟ ਏ ਰਿਵਰ ਆਫ ਮਾਡਰਨ ਪੰਜਾਬ। ਬਿਲਕੁਲ ਜੀ, ਇੰਡਸ ਜੋ ਹੈ ਉਹ ਸਾਡੀ ਰਿਵਰ ਵੈਸੇ ਵੀ ਨਹੀਂ ਹੈ, ਇੰਡਸ ਜੋ ਹੈ ਉਹ ਪਾਕਿਸਤਾਨ ਦੀ ਕੈਟੇਗਰੀ ਦੇ ਵਿੱਚ ਆ ਜਾਂਦੀ ਹੈ, ਪਾਕਿਸਤਾਨ ਨਾਲ ਰਿਲੇਟਡ ਹੀ ਹੈ। ਸਰਸਵਤੀ ਇਜ਼ ਨੋਟ ਨਾਓ ਐਗਜ਼ਿਸਟਡ, ਸੰਜੇ ਫਾਇਰ ਜੀ ਬਿਲਕੁਲ ਠੀਕ ਹੈ, ਸਰਸਵਤੀ ਅੱਜ ਦੀ ਡੇਟ 'ਚ ਨਹੀਂ ਹੈ, ਘੱਗਰ ਜੋ ਹੈ ਉਹ ਖਤਮ ਹੋ ਚੁੱਕੀ ਹੈ। ਸਰਸਵਤੀ ਜੇ ਪੁੱਛਿਆ ਜਾਏ ਕਿ ਹੁੰਦੀ ਕਿੱਥੇ ਸੀ, ਇਟ ਵਾਜ਼ ਇਨ ਰਾਜਸਥਾਨ, ਰਾਜਸਥਾਨ ਦੇ ਰੇਗਿਸਤਾਨ ਦੇ ਵਿੱਚ ਹੀ ਇਹ ਨਹਿਰ ਜੋ ਹੈ ਖਤਮ ਹੋ ਚੁੱਕੀ ਹੈ, ਸਰਸਵਤੀ ਨਹਿਰ ਜੋ ਹੈ। ਬਟ ਇਹਨੂੰ ਦੁਬਾਰਾ ਤੋਂ ਲੱਭਿਆ ਜਾ ਰਿਹਾ ਹੈ ਘੱਗਰ ਦੀ ਫੋਰਮ ਦੇ ਵਿੱਚ, ਠੀਕ ਹੈ। ਹਰਿਆਣੇ ਦੇ ਵਿੱਚ ਥੋੜ੍ਹੀ ਬਹੁਤ ਚੱਲਦੀ ਹੈ ਘੱਗਰ, ਤਾਂ ਉਹਦੇ ਫੋਰਮ ਦੇ ਵਿੱਚ ਇਹਨੂੰ ਅੱਜ ਵੀ ਥੋੜ੍ਹਾ ਬਹੁਤ ਲੱਭਿਆ ਜਾ ਰਿਹਾ ਹੈ। ਚਲੋ ਜੀ ਅੱਗੇ ਦੇਖਦੇ ਹਾਂ, ਇੰਡਸ ਰਿਵਰ, ਥੋੜ੍ਹੀ ਜਿਹੀ ਮੈਂ ਇੰਡਸ ਰਿਵਰ ਇੱਥੇ ਡਿਸਕਸ ਕਰ ਦਿੰਦਾ, ਬਟ ਮੈਂ ਮੋਸਟਲੀ ਸਾਰੀਆਂ ਜਿਹੜੀਆਂ ਬਾਕੀ ਦੀਆਂ ਰਿਵਰਸ ਨੇ ਉਹ ਜਦੋਂ ਮੈਂ ਪੰਜਾਬ ਦਾ ਡਰੇਨੇਜ ਸਿਸਟਮ ਪੜਾਉਂਗਾ ਨਾ ਉਦੋਂ ਡਿਸਕਸ ਕਰਾਂਗੇ। ਇਕੱਲੀ ਇੰਡਸ ਰਿਵਰ ਮੈਂ ਇੱਥੇ ਡਿਸਕਸ ਕਰ ਦਿੰਦਾ, ਕਿਉਂਕਿ ਬਾਕੀ ਦੀਆਂ ਰਿਵਰਸ, ਇੰਡਸ ਰਿਵਰ ਜੋ ਹੈ ਪੰਜਾਬ ਦੇ ਡਰੇਨੇਜ ਸਿਸਟਮ 'ਚ ਨਹੀਂ ਆਉਂਦੀ, ਪਰ ਇੰਡਸ ਦੇ ਵਿੱਚੋਂ ਕੁਸ਼ਚਨ ਜ਼ਰੂਰ ਆ ਜਾਂਦਾ, ਪੰਜਾਬ GK ਦੇ ਵਿੱਚ ਇੰਡਸ ਦੇ ਵਿੱਚੋਂ ਕੁਸ਼ਚਨ ਜ਼ਰੂਰ ਆ ਜਾਂਦਾ। ਤਾਂ ਆਪਾਂ ਦੇਖਦੇ ਹਾਂ ਕਿਹੜੀ ਕਿਹੜੀ ਚੀਜ਼ਾਂ ਨੇ ਇੰਡਸ ਦੇ ਵਿੱਚ। ਆਲ ਪੰਜਾਬ ਰਿਵਰਸ ਆਰ ਟ੍ਰਿਬਿਊਟਰੀਜ਼ ਆਫ ਇੰਡਸ, ਠੀਕ ਹੈ। ਜਿਹੜੀ ਇੰਡਸ ਰਿਵਰ ਹੈ ਸਾਰੀਆਂ ਦੀ ਸਾਰੀਆਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਨਹਿਰਾਂ ਚੱਲਦੀਆਂ ਨੇ, ਜਿਹੜੀਆਂ ਆਪਣੀਆਂ ਪੰਜ ਆਬ ਨੇ ਸਾਰੇ ਦੇ ਸਾਰੇ, ਉਹ ਸਾਰੇ ਦੇ ਸਾਰੇ ਇੰਡਸ ਦੇ ਵਿੱਚ ਹੀ ਆ ਕੇ ਟ੍ਰਿਬਿਊਟਰੀਜ਼ ਦਾ ਮਤਲਬ ਕੀ ਹੁੰਦਾ? ਮੰਨ ਲਓ ਇੱਕ ਨਦੀ ਚੱਲ ਰਹੀ ਹੈ ਜੀ,
ਜੇ ਕੋਈ ਛੋਟੀ ਮੋਟੀ ਨਦੀ ਆਪਣਾ ਪਾਣੀ ਇਸ ਨਦੀ ਦੇ ਵਿੱਚ ਆ ਕੇ ਪਾ ਦਿੰਦੀ ਹੈ, ਠੀਕ ਹੈ, ਤਾਂ ਜਿਹੜੀ ਨਦੀ ਆਪਣਾ ਪਾਣੀ ਇਸ ਵੱਡੀ ਨਹਿਰ ਨੂੰ ਦੇ ਰਹੀ ਆ ਉਹ ਕੀ ਹੋ ਜਾਏਗੀ? ਟ੍ਰਿਬਿਊਟਰੀ, ਜਿਹਨੇ ਕਿ ਆਪਣਾ ਪਾਣੀ ਇਹਨੂੰ ਟ੍ਰਿਬਿਊਟ ਕਰਤਾ, ਠੀਕ ਹੈ। ਤਾਂ ਟ੍ਰਿਬਿਊਟਰੀ ਦਾ ਮਤਲਬ ਕੀ ਹੋ ਗਿਆ? ਜਿਹੜੀ ਛੋਟੀ ਮੋਟੀਆਂ ਨਹਿਰਾਂ ਜਾਂ ਵੈਸੇ ਲਈ ਛੋਟੀ ਨਹੀਂ, ਠੀਕ ਹੈ, ਜਿਹੜੀ ਵੀ ਆਪਣਾ ਪਾਣੀ ਕਿਸੇ ਹੋਰ ਨਹਿਰ ਦੇ ਵਿੱਚ ਪਾ ਦੇਣ ਉਹ ਕੀ ਬਣ ਜਾਣਗੀਆਂ? ਟ੍ਰਿਬਿਊਟਰੀਜ਼ ਬਣ ਜਾਂਦੀਆਂ, ਠੀਕ ਹੈ। ਚਲੋ ਫਿਰ ਤੁਹਾਡੇ ਕੋਲ ਕੀ ਆਉਂਦਾ? ਇੰਡਸ ਦੀ ਲੈਂਥ ਮੈਂ ਪਿਛਲੀ ਸਲਾਈਡ 'ਚ ਦੱਸੀ ਨਹੀਂ ਸੀ, ਇੱਥੇ ਲਿਖੀ ਹੋਈ ਆ, ਇਟ ਇਜ਼ 3180 ਕਿਲੋਮੀਟਰ ਜੋ ਹੈ ਇੰਡਸ ਦੀ ਲੈਂਥ ਹੈ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਇੰਡਸ ਇੰਨੀ ਲੰਬੀ ਨਹਿਰ ਹੈ ਇਹਦੇ 'ਚੋਂ ਇੰਡੀਆ ਦੇ ਵਿੱਚ ਕਿੰਨੇ ਕਿਲੋਮੀਟਰ ਚੱਲਦੀ ਹੈ? ਇੰਪੋਰਟੈਂਟ ਹੈ, ਇੰਡੀਆ ਦੇ ਵਿੱਚ ਇਹਦਾ ਚੱਲਦਾ ਹੈ ਦੈਟ ਇਜ਼ 1450 ਕਿਲੋਮੀਟਰ। 1450 ਕਿਲੋਮੀਟਰ ਦੀ ਲੈਂਥ ਜੋ ਹੈ ਉਹ ਇੰਡੀਆ ਦੇ ਵਿੱਚ ਹੈ, ਅਤੇ ਬਾਕੀ ਜੀ ਸਾਰੀ ਦੀ ਸਾਰੀ ਪਾਕਿਸਤਾਨ ਜਾਂ ਕਹਿ ਲਓ ਆਊਟਸਾਈਡ ਇੰਡੀਆ ਹੁੰਦੀ ਹੈ। ਪਾਕਿਸਤਾਨ ਪਲੱਸ ਤਿੱਬਤ, ਬੇਸਿਕਲੀ ਨਿਕਲਦੀ ਇਹ ਤਿੱਬਤ ਦੇ ਵਿੱਚੋਂ ਹੈ। ਓਰੀਜਨੇਟ ਆਹ ਲਿਖਿਆ ਹੋਇਆ ਦੈਟ ਇਜ਼ ਸੈਂਗ ਜ਼ਾਮਜ਼ੂ, ਠੀਕ ਹੈ। ਸੈਂਗ ਜ਼ਾਂਗ ਬੂ ਜੋ ਹੈ ਉਹ ਇੱਕ ਗਲੇਸ਼ੀਅਰ ਦਾ ਨਾਮ ਹੈ ਜੋ ਕਿ ਤਿੱਬਤ ਪਲੈਟਿਓ, ਪਲੈਟਿਓ ਦਾ ਮਤਲਬ ਕੀ ਹੁੰਦਾ? ਪਠਾਰ, ਠੀਕ ਹੈ। ਪਲੈਟਿਓ ਦਾ ਮਤਲਬ ਹੁੰਦਾ ਹੈ ਪਠਾਰ। ਪਠਾਰ ਅਗਰ ਕਿਸੇ ਬੱਚੇ ਨੂੰ ਨਹੀਂ ਪਤਾ ਤਾਂ ਮੈਂ ਇੱਥੇ ਇੱਕ ਡਾਇਗਰਾਮ ਡਰਾਅ ਕਰਦਾ। ਮੰਨ ਲਓ ਇੱਕ ਆਹ ਪਲੇਨ ਏਰੀਆ ਹੈ, ਜੇ ਇਸ ਪਲੇਨ ਏਰੀਆ ਦੇ ਉੱਤੇ ਕੁਛ ਇਸ ਤਰ੍ਹਾਂ ਉੱਪਰ ਨੂੰ ਉੱਠੀ ਹੋਈ ਜਗ੍ਹਾ ਹੋਵੇ, ਠੀਕ ਹੈ, ਤਾਂ ਇਹਨੂੰ ਆਪਾਂ ਕਹਿੰਦੇ ਹਾਂ ਪਲੈਟਿਓ ਜਾਂ ਪਠਾਰ। ਜੋ ਤੁਹਾਡਾ ਦਿੱਲੀ ਹੈ ਉਹ ਵੀ ਇੱਕ ਪਠਾਰ ਦੇ ਉੱਤੇ ਹੈ, ਠੀਕ ਹੈ। ਜੋ ਦਿੱਲੀ ਸਟੇਟ ਹੈ ਉਹ ਪਠਾਰ ਦੇ ਉੱਤੇ ਹੈ। ਪੁੱਛਿਆ ਜਾਂਦਾ ਕਿ ਦਿੱਲੀ ਕਿਹੜੀ ਪਠਾਰ ਦੇ ਉੱਪਰ ਹੈ, ਤਾਂ ਉਹ ਤੁਹਾਡਾ ਹੈ ਡੈਕਨ ਪਠਾਰ, ਡੈਕਨ ਪਲੈਟਿਓ, ਠੀਕ ਹੈ। ਡੈਕਨ ਪਲੈਟਿਓ ਦੇ ਉੱਤੇ ਤੁਹਾਡਾ ਪੈਂਦਾ ਹੈ ਦਿੱਲੀ, ਅਤੇ ਤਿੱਬਤ ਦੀ ਪਠਾਰ ਦੇ ਵਿੱਚੋਂ, ਤਿੱਬਤ ਦੇ ਪਲੈਟਿਓ ਦੇ ਵਿੱਚੋਂ ਨਿਕਲਦੀ ਹੈ ਤੁਹਾਡੀ ਇੰਡਸ ਦੀ ਰਿਵਰ, ਠੀਕ ਹੈ। ਕੁਸ਼ਚਨ ਅੱਗੇ ਇੱਕ ਮੈਨੂੰ ਆ ਰਿਹਾ ਹੈ, ਵਿਜੇ ਗੁਲੀਆ ਜੀ, ਲੌਂਗੈਸਟ ਰਿਵਰ ਆਫ ਪੰਜਾਬ। ਬਿਲਕੁਲ, ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਇੱਥੇ ਡਿਸਕਸ ਕਰਾਂਗਾ, ਹੌਲੀ 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 ਅੱਗੇ ਆਉਣਗੀਆਂ ਸਾਰੀਆਂ, ਠੀਕ ਹੈ। ਜੇ ਪੁੱਛਿਆ ਜਾਵੇ ਕਿ ਇੰਡਸ ਰਿਵਰ ਤੁਹਾਡੀ ਇੰਡੀਆ ਦੇ ਵਿੱਚ ਕਿੱਥੋਂ ਦੀ ਐਂਟਰ ਕਰਦੀ ਹੈ, ਤਾਂ ਹਿਮਾਲਿਆਸ ਦੇ ਵਿੱਚੋਂ ਦੀ ਐਂਟਰ ਕਰਦੀ ਹੈ ਜੀ। ਜੇ ਪੁੱਛਿਆ ਜਾਏ ਕਿ ਇੰਡਸ ਰਿਵਰ ਪਾਕਿਸਤਾਨ ਦੇ ਵਿੱਚ ਕਿੱਥੋਂ ਐਂਟਰ ਕਰਦੀ ਹੈ, ਤਾਂ ਉਹ ਐਂਟਰ ਕਰਦੀ ਹੈ ਜੀ ਕਸ਼ਮੀਰ ਜਾਂ ਗਿਲਗਿਟ ਬਾਲਤਿਸਤਾਨ, ਇਹ ਦੋ ਜਗ੍ਹਾ ਤੋਂ ਕਸ਼ਮੀਰ ਦੇ ਵਿੱਚ ਐਂਟਰ ਕਰਦੀ ਹੈ ਤੁਹਾਡੀ ਇੰਡਸ ਰਿਵਰ, ਠੀਕ ਹੈ। ਫਿਰ ਇੱਕ ਵਰਡ ਪੁੱਛਿਆ ਜਾਂਦਾ ਜੀ ਮਾਊਥ, ਕਿ ਇਸ ਨਹਿਰ ਦਾ ਮਾਊਥ ਕੀ ਹੈ? ਹੁਣ ਮਾਊਥ ਤੁਸੀਂ ਸਮਝੋ, ਮਾਊਥ ਦਾ ਮਤਲਬ ਹੁੰਦਾ ਹੈ ਜਿੱਥੇ ਇਹ ਖਤਮ ਹੁੰਦੀ ਹੈ, ਐਂਡ ਆਫ ਰਿਵਰ, ਕਿ ਇਹ ਰਿਵਰ ਫਾਈਨਲੀ ਖਤਮ ਕਿੱਥੇ ਹੁੰਦੀ ਹੈ, ਮਾਊਥ ਕਿੱਥੇ ਹੈ ਇਹਦਾ, ਇਹ ਖਤਮ ਕਿੱਥੇ ਹੁੰਦੀ ਹੈ ਬੇਸਿਕਲੀ, ਤਾਂ ਇਹਦਾ ਮਾਊਥ ਜੋ ਹੈ ਇਟ ਇਜ਼ ਇਨ ਅਰੇਬੀਅਨ ਸੀ, ਠੀਕ ਹੈ। ਅਰੇਬੀਅਨ ਸੀ ਦੇ ਵਿੱਚ ਇਹਦਾ ਮਾਊਥ ਹੈ। ਕਈ ਬੁੱਕਸ ਦੇ ਵਿੱਚ ਰਨ ਆਫ ਕੱਛ ਵੀ ਲਿਖਿਆ ਹੋਇਆ, ਠੀਕ ਹੈ, ਤਾਂ ਦੋਨੋਂ ਹੀ ਨੋਟ ਕਰੋ, ਰਨ ਆਫ ਕੱਛ ਅਤੇ ਅਰੇਬੀਅਨ ਸੀ, ਦੋਨਾਂ ਦੇ ਵਿੱਚ ਇਹਦਾ ਮਾਊਥ ਪੈਂਦਾ ਜਾਂ ਜਿੱਥੇ ਇਹ ਨਹਿਰ ਜੋ ਹੈ ਜਾ ਕੇ ਖਤਮ ਹੋ ਜਾਂਦੀ ਹੈ, ਠੀਕ ਹੈ। ਹੁਣ ਇੰਡਸ ਦੇ ਨਾਲ ਹੋਰ ਰਿਲੇਟਡ ਕਿਹੜੇ ਕਿਹੜੇ ਕੁਸ਼ਚਨ ਆ ਜਾਂਦੇ ਆ, ਠੀਕ ਹੈ, ਉਹ ਦੇਖਦੇ ਹਾਂ, ਠੀਕ ਹੈ। ਤਾਂ ਜੇ ਪੁੱਛਿਆ ਜਾਏ ਕਿ ਪਾਕਿਸਤਾਨ ਦੀ ਸਭ ਤੋਂ ਲੰਬੀ ਨਹਿਰ ਕਿਹੜੀ ਹੈ ਜੀ, ਪਾਕਿਸਤਾਨ ਦੀ ਸਭ ਤੋਂ ਲੰਬੀ ਨਹਿਰ ਇੰਡਸ ਹੀ ਹੈ, ਠੀਕ ਹੈ, ਧਿਆਨ ਰੱਖਿਓ ਪਾਕਿਸਤਾਨ ਕਹਿ ਰਿਹਾ। ਜੇ ਪੁੱਛਿਆ ਜਾਏ ਕਿ ਪਾਕਿਸਤਾਨ ਦੀ ਨੈਸ਼ਨਲ ਰਿਵਰ ਕਿਹੜੀ ਹੈ, ਉਹ ਵੀ ਇਹੀ ਹੈ ਜੀ, ਪਾਕਿਸਤਾਨ ਦੀ ਨੈਸ਼ਨਲ ਰਿਵਰ ਇਹੀ ਹੈ ਜੀ ਇੰਡਸ, ਠੀਕ ਹੈ। ਜੇ ਪੁੱਛਿਆ ਜਾਏ ਕਿ ਏਸ਼ੀਆ ਦੀ ਲੌਂਗੈਸਟ ਰਿਵਰ ਕਿਹੜੀ ਹੈ, ਏਸ਼ੀਆਜ਼ ਲੌਂਗੈਸਟ ਰਿਵਰ, ਠੀਕ ਹੈ, ਤਾਂ ਉਹ ਵੀ ਤੁਹਾਡੀ ਇੰਡਸ ਹੀ ਆ ਜਾਂਦੀ ਹੈ। ਏਸ਼ੀਆ ਦੀ ਲੌਂਗੈਸਟ ਰਿਵਰ ਜੋ ਹੈ ਉਹ ਇੰਡਸ ਹੈ ਤੁਹਾਡੀ, ਠੀਕ ਹੈ ਜੀ। ਫਿਰ ਜੇ ਪੁੱਛਿਆ ਜਾਏ ਕਿ ਇੰਡਸ ਦੀ ਸਭ ਤੋਂ ਵੱਡੀ ਟ੍ਰਿਬਿਊਟਰੀ ਕਿਹੜੀ ਹੈ, ਮਤਲਬ ਜਿਹੜੀ ਨਹਿਰ ਇਹਦੇ 'ਚ ਆਪਣਾ ਸਭ ਤੋਂ ਜ਼ਿਆਦਾ ਪਾਣੀ ਪਾਉਂਦੀ ਹੈ, ਤਾਂ ਉਹ ਹੈ ਤੁਹਾਡੀ ਸਤਲੁਜ, ਠੀਕ ਹੈ। ਤਾਂ ਲੌਂਗੈਸਟ ਟ੍ਰਿਬਿਊਟਰੀ ਆਫ ਇੰਡਸ ਇਜ਼ ਸਤਲੁਜ, ਠੀਕ ਹੈ। ਸਤਲੁਜ ਜੋ ਹੈ ਇੰਡਸ ਦੀ ਲੌਂਗੈਸਟ ਟ੍ਰਿਬਿਊਟਰੀ ਹੈ, ਜੇ ਤੁਹਾਨੂੰ ਪੁੱਛਿਆ ਜਾਏ ਕਿ ਇੰਡਸ ਦੀ ਸਮਾਲੈਸਟ ਟ੍ਰਿਬਿਊਟਰੀ ਕਿਹੜੀ ਹੈ, ਠੀਕ ਹੈ, ਕਿ ਸਭ ਤੋਂ ਘੱਟ ਪਾਣੀ ਪਾਉਣ ਵਾਲੀ ਟ੍ਰਿਬਿਊਟਰੀ ਕਿਹੜੀ ਹੈ, ਤਾਂ ਉਹ ਹੈ ਤੁਹਾਡੀ ਚਨਾਬ। ਚਨਾਬ ਸਭ ਤੋਂ ਘੱਟ ਪਾਣੀ ਜੋ ਹੈ ਉਹ ਇਹਦੇ 'ਚ ਪਾਉਂਦੀ ਹੈ। ਜੇ ਤੁਹਾਨੂੰ ਪੁੱਛਿਆ ਜਾਏ ਕਿ ਫਾਦਰ ਆਫ ਰਿਵਰਸ ਕਿਹਨੂੰ ਬੋਲਿਆ ਜਾਂਦਾ ਹੈ ਜੀ, ਫਾਦਰ ਆਫ ਰਿਵਰਸ, ਇਹ ਤੁਹਾਡੀ ਇੰਡਸ ਨੂੰ ਹੀ ਬੋਲਿਆ ਜਾਂਦਾ ਹੈ ਜੀ, ਫਾਦਰ ਆਫ ਰਿਵਰਸ, ਠੀਕ ਹੈ। ਫਿਰ ਜੇ ਪੁੱਛਿਆ ਜਾਏ ਕਿ ਇੰਡੀਆ ਦੀ ਓਲਡੈਸਟ ਰਿਵਰ ਕਿਹੜੀ ਹੈ, ਓਲਡੈਸਟ ਰਿਵਰ ਆਫ ਇੰਡੀਆ, ਠੀਕ ਹੈ, ਓਲਡੈਸਟ ਰਿਵਰ ਆਫ ਇੰਡੀਆ ਤੁਹਾਡੀ ਹੈ ਨਰਮਦਾ, ਠੀਕ ਹੈ, ਨਰਮਦਾ ਜੋ ਹੈ ਤੁਹਾਡੀ ਓਲਡੈਸਟ ਰਿਵਰ ਹੈ। ਜੇ ਤੁਹਾਨੂੰ ਪੁੱਛਿਆ ਜਾਏ ਕਿ ਇੰਡੀਆ ਦੀ ਸਭ ਤੋਂ ਛੋਟੀ ਰਿਵਰ ਕਿਹੜੀ ਹੈ, ਠੀਕ ਹੈ, ਸਮਾਲੈਸਟ ਰਿਵਰ ਆਫ ਇੰਡੀਆ,
स्मॉलेस्ट एंड यंगेस्ट, यंगेस्ट का मतलब जिहड़ी बिल्कुल रीसेंटली नवी बनी है, ठीक है। स्मॉलेस्ट एंड यंगेस्ट रिवर ऑफ इंडिया इज अरवारी रिवर। अरवारी रिवर जो है वो सब तो स्मॉलेस्ट ते यंगेस्ट है। तो ये रिवर ये भी पूछी जा सकती कितने है, ये तुहाडी राजस्थान दे विच पैंदी है। तो जे स्मॉलेस्ट है तो यह भी पूछा जा सकता जी यदि लंबाई कितनी है, यदि लंबाई जो है तुहाडी 90 किलोमीटर है, ठीक है। जे तुहानू कभी पूछे कि की वर्ल्ड दे विच कोई इदां दा देश है जिहदे च एक भी नहर नहीं हैगी, ठीक है। जे कभी पूछ ले कि किहड़ा देश है जिहदे च एक भी नहर नहीं है, तो वह है तुहाडा साउदी अरेबिया, सॉरी साउथ नहीं, साउदी अरेबिया। साउदी अरेबिया दे विच एक भी नहर नहीं है, ठीक है। हैलो अभय कुमार जी, हाय, ठीक है। फिर जे तुहानू पूछा जाए कि इंडियन नील किनू बोलिया जाता है जी, इंडियन नील, ठीक है। ये भी तुहाडा इंडस रिवर का ही अदर नेम है, इंडियन नील। नील जे तुहानू पता है कि वर्ल्ड की लोंगेस्ट रिवर है, नील नदी जो है वो वर्ल्ड की लोंगेस्ट रिवर है। तो ये तुहाडी कित्थे पैंदी है, इजिप्ट दे विच जी, ठीक है। इजिप्ट की है वर्ल्ड की लोंगेस्ट रिवर, ठीक है। तो इतों तुहानू इंडस नाल रिलेटड इन्ने सारे, इंडस नहीं बेसिकली मैं काफ़ी सारे होर जिहड़े वन लाइनर क्वेश्चन हुंदे ने मैं काफ़ी जगह तो इकट्ठे किए, तो वो सारे मैं एको जगह तुहानू दे अगे, ठीक है। चलो फिर इस तों अलावा एक होई सी इंडस वाटर ट्रीटी, ठीक है, कि पानी की संधि हुई सी साडी इंडिया दे पाकिस्तान दे विचाले, उहदे चों भी क्वेश्चन बहुत पूछा जाता, ठीक है। तो यह संधि रिलेटड की है, सब तो पहली गल संधि होई कदों सी, 1960 दे विच संधि होई सी, ठीक है। इंडिया वालों इस संधि के उत्ते साइन किए थे प्राइम मिनिस्टर उस टाइम के जवाहर लाल नहरू जी ने, ते पाकिस्तान वालों साइन किए गए थे प्रेजिडेंट सके उन्होंने अयूब खान, ठीक है। इन दोनों ने जो है वह इंडस वाटर ट्रीटी के उत्ते साइन किए। इस ट्रीटी के रिगार्डिंग होया कि इट वॉज डिसाइडड टू गिव वाटर ऑफ वैसटर्न फ्लोइंग रिवरस टू पाकिस्तान एंड ईस्टर्न फ्लोइंग रिवरस टू इंडिया। इस संधि से यह डिसाइड होया कि जो वैसट फ्लोइंग रिवरस ने, ठीक है, केड़िया ने, जेलम, चनाब ते इंडस, ठीक है, वह वैसट फ्लोइंग रिवरस ने, उन्होंने जो है आपां पाकिस्तान नू दे देना, ते जिहड़ियां ईस्ट फ्लोइंग रिवरस ने उन्होंने जो है उन्हों का पानी जो है इंडिया यूज़ करेगा, दैट इज़ रावी, ब्यास एंड सतलुज, इन्हों जो है इंडिया यूज़ करेगा। ये साइन कित्थे किए गए थे, मतलब किहड़ी जगह पर संधि हुई सी, ये संधि हुई सी तुहाडी कराची, कराची जो कि पाकिस्तान दे च पै जांदा है, ब्रोकर्ड बाय। हुण वट इज़ द मीनिंग ऑफ ब्रोकर्ड बाय, ठीक है। देखो इंडिया ते पाकिस्तान की लड़ाई नू सुलझाउणा बहुत औखा है। विजय, हैलो सर जी, हैलो विजय, ठीक है। तो पाकिस्तान ते इंडिया की लड़ाई नू सुलझाउणा बहुत औखा है जी, अलग अलग टाइम के उत्ते अलग अलग लोगों ने ये साडे विच पै के लड़ाई नू सुलझाउण की कोशिश की है। जिस तरह कि एट प्रेजेंट जो कश्मीर का मुद्दा है उन्हों सुलझाने लई ठीक है उन्हों सुलझाने लई यूएसए के जो प्रेजिडेंट ने दैट इज़ डोनल्ड ट्रंप वो लगातार कह रहे हैं कि मैनू विच पा लो जी मैं तुहाडा मसला सुलझा दिना, बट इंडिया कहिंदा कि नहीं जी असी अपना मसला आपे सुलझावांगे। तो ब्रोकर का मतलब यही हुंदा है कि कोई बंदा विच पै गया तो उन्हें साडा मसला सुलझाता। तो उस टाइम जो लड़ाई सी साडी इंडस के पानी नू लैके वो लड़ाई किने सुलझाई सी, वर्ल्ड बैंक ने जी, वर्ल्ड बैंक ने विच पै के साडी जो लड़ाई है वो सुलझाई सी। हुण वर्ल्ड बैंक का इत्थे नाम आ गया है, वर्ल्ड बैंक बारे में तुहानू थोड़ा बहुत इन्फॉर्मेशन दे दिंदा। पहली गल तो यह याद रखना है कि इंडस जो नहर है वो पानी का डिवाइडेशन किस तरह होया सी, ठीक है। इंडस के विचों 16% पानी जिहड़ा है वह इंडिया यूज़ करेगा, तो बाकी का बचा हुआ 84% पानी जो है वह पाकिस्तान यूज़ हो करेगा। ये जो है डिसाइड होया सी, ठीक है, कि 16% पानी जो है इंडिया यूज़ करेगा, 84% पानी जो है वह पाकिस्तान यूज़ करेगा। एक चीज़ मैं होर तुहानू दस दिना कि ये जो संधि हुई सी ना, इंडिया पाकिस्तान ये दोनों ही इस संधि संधि वास्ते बाउंडड नहीं है। वट इज़ द मीनिंग ऑफ बाउंडड, बाउंडड का मतलब है कि ये कोई बंदिश नहीं हैगी कि जे इन तोड़ देंगे तो वर्ल्ड दे विच वर्ल्ड वॉर स्टार्ट हो जाएगा या सारिया कंट्रियां कुछ गुस्सा कर लेंगे, नहीं, दे बोथ आर नॉट बाउंडड, बस लड़ाई नू खत्म करके दोनों जने मन्ने हुए ने, ठीक है। तो जे कभी इन फ्यूचर जे सानू लग्या कि पाकिस्तान साडे ते अटैक करता जा रहा है जी, बहुत ज़्यादा उलंघना कर रहा है साडे नाल, ठीक है, बहुत ज़्यादा मिसबिहेव कर रहा, ठीक है, साडे सैनिकों नू नुकसान पहुँचा रहा वा, तो असी ये संधि तोड़ के ये जो 16% का करार होया सी असी इनू वधा के 24%
25% या हो सकता कि असं उन्हों का 100% पानी भी रोक दईए। किस तरह रोक सकते हैं? बाय कंसट्रक्टिंग ए डैम। आप उत्ते डैम बना देंगे, सारे का सारा पानी रोक देवे। असी बाउंडड नहीं है कि असी इन संधि को मनना ही मनना है, ठीक है। तो बस असं कहने भी शांति ना रह लो, तुम भी रह लो, असं भी रलिए, टिके रहो, टके रहो, चंगे रहोंगे, ठीक है। सीधी जी गल है, ठीक है। चलो तो यह बाउंडड नहीं है, मैं तुम्हें एक गल क्लीयर कर दा। हुण वर्ल्ड बैंक बारे थोड़ी जी इन्फॉर्मेशन लै लो। वर्ल्ड बैंक भी इंपॉर्टेंट है, वर्ल्ड बैंक चो भी क्वेश्चन आ सकता है। वर्ल्ड बैंक के विचों की क्वेश्चन आ सकते हैं? पहली गल तो वर्ल्ड बैंक का मोटो पूछा जा चुका है कि वर्ल्ड बैंक का मोटो की है। मोटो है यदा वर्किंग फॉर ए वर्ल्ड फ्री ऑफ पॉवर्टी, ठीक है। वर्ल्ड बैंक का मोटो की है? वर्किंग फॉर ए वर्ल्ड फ्री ऑफ पॉवर्टी, मतलब कि पूरे वर्ल्ड नू गरीबी तो कट के, ठीक है, अमीरी वाल लैके जाना, या गरीबों थोड़ा अमीरी वाल लैके जाना, या कंट्रीज नू डेवलप करना, बेसिकली मैं ज़्यादा एग्जैक्टली कहांगा, ठीक है। तो वो यदा मोटो है। पूछे जाता है जी वर्ल्ड बैंक कदों फाउंड होया सीगा, ठीक है। वर्ल्ड बैंक इज़ फाउंडड ऑन जुलाई 1944, ठीक है। 1944 जुलाई दे विच वर्ल्ड बैंक की फाउंडेशन हुई सी। जे पूछा जाए वर्ल्ड बैंक का काम की है, ठीक है, तो बेसिकली यह इंटरनेशनल इंस्टीट्यूट है जो कि लोन प्रोवाइड करता है, ठीक है, छोटिया कंट्रीज़ नू लोन प्रोवाइड करता है, या डेवलपमेंट वास्ते ग्रांट्स प्रोवाइड करता है, ठीक है। यह ग्रांट्स प्रोवाइड करता है या लोन प्रोवाइड करता है सारिया कंट्रीज़ नू। ठीक है, वीडियो चल रही है ना? ठीक, कोई दिक्कत तो नहीं आ रही इंटरनेट दे विच? मन लग रहा है कि थोड़ी जी आन लग गई है। प्लीज़ कोई बच्चा देख के मैं दस दे कि इंटरनेट ठीक चल रहा है। जो ठीक चल रहा है तो मैं कंटिन्यू करा, नहीं तो मैं फिर सैशन क्लोज़ कर देना, कोई फायदा नहीं खराब करके। वो चैंग सत श्री अकाल जी, हैलो। वर्ल्ड बैंक बारे होर मैं इतने दसदा। वर्ल्ड बैंक दे विच बेसिकली दो इंस्टीट्यूशन आते हैं जी। केड़े केड़े आते हैं जी? पहला इंस्टीट्यूशन जो आता है दैट इज़ इंटरनेशनल बैंकिंग ऑफ रीकंस्ट्रक्शन एंड डेवलपमेंट, ठीक है। इंटरनेशनल बैंकिंग ऑफ रीकंस्ट्रक्शन एंड डेवलपमेंट, ये पहला सैशन आता है, पहला इंस्टीट्यूशन आता है। तो दूसरा इंस्टीट्यूशन जो आता है दैट इज़ IDA, इट इज़ इंटरनेशनल डेवलपमेंट एसोसीएशन, ठीक है। दो इंस्टीट्यूशन ये अंडर आते हैं, IBRD एंड IDA, ठीक है। दोनों की फुलफॉर्म मैं तुम्हें दसती है, लिखी नहीं है। जे पूछा जाए कि ये मैंबर किन्ने ने, तो IBRD के मैंबर जो ने वो ने 189, तो दूसरे जो IDA के मैंबर ने वो थोड़े ने 173, ठीक है। इन्ने थोड़े मैंबर ने। फिर तुहानू पूछा जा सकता है कि ये MD एंड CFO कौन ने, ठीक है, मैनेजिंग डायरेक्टर एंड CFO, वट इज़ द फुल फॉर्म ऑफ CFO? इट इज़ चीफ फाइनेंशियल ऑफिसर, ठीक है। तो कौन ने? इट इज़ अंशुला कांत MD एंड CFO। जे तुहानू पूछा जाए कि वर्ल्ड बैंक का हैडक्वाटर कित्थे है, हैडक्वाटर तुहाडा है Washington DC, ठीक है, Washington DC USA ਦੇ ਵਿੱਚ ਤੁਹਾਡਾ ਇਹਦਾ ਹੈੱਡਕੁਆਟਰ ਹੈ। ਜੇ ਤੁਹਾਨੂੰ ਪੁੱਛਿਆ ਜਾਏ ਕਿ ਵਰਲਡ ਬੈਂਕ ਦਾ ਪ੍ਰੈਜ਼ੀਡੈਂਟ ਕੌਣ ਹੈ, ਤਾਂ ਵਰਲਡ ਬੈਂਕ ਦਾ ਪ੍ਰੈਜ਼ੀਡੈਂਟ ਹੈ ਡੇਵਿਡ ਮਾਲਪਾਸ, ਠੀਕ ਹੈ। ਤੇ ਜੇ ਤੁਹਾਨੂੰ ਲਾਸਟ ਪੁੱਛਿਆ ਜਾਏ ਕਿ ਚੀਫ ਇਕਨੋਮਿਸਟ ਕੌਣ ਹੈ ਵਰਲਡ ਬੈਂਕ ਦਾ, ਚੀਫ ਇਕਨੋਮਿਸਟ ਤਾਂ ਉਹ ਹੈ ਤੁਹਾਡਾ कारमेन रीनहार्ट, ठीक है। तो इन्ने सारे क्वेश्चन जो है तुहानू वर्ल्ड बैंक तो देखने मिल जाते हैं। चलो अगे स्टार्ट करते हैं। पंजाब के अलग अलग नाम कि ने, इन बारे आप डिस्कस करते हैं। सब तो पहला जो नाम आप पढ़िया है दैट इज़ सप्त सिंधु, मतलब कि सत्त दरियावां दी नदी। सप्त मतलब सत्त, सिंधु मतलब इंडस, ठीक है। फिर तुहाडे कोल आंदा है
कि एक किताब है पारसी लोगों की, ठीक है, जिहड़ा एक पारसी धर्म है, ठीक है, पारसी लोगों की किताब है, पारसियां के धर्म को कहते हैं जोरोएस्ट्रियंस। बुक का नाम है जेंद अवस्था, ठीक है, उस जो पंजाब का नाम लिखा गया है इंपॉर्टेंट है, दैट इज़ हफ्ता हिंदवा। पूछा जाता है कि हफ्ता हिंदवा पंजाब का नाम सानू कितों पता चलिया, तो यह जोरोएस्ट्रियन या पारसी लोगों की किताब है जेंद अवस्था, उतों सानू पता लग गया, ठीक है। ये एक नाम होर तुसी याद रखियो, एक है किस्सा है संजान, ठीक है। पूछा जाता है कि किस्सा है संजान की चीज़ है, ठीक है, यह एक कहानी है, बेसिकली कहानी है जर्नी ऑफ पारसीज टू इंडिया फ्रॉम ईरान, ठीक है, तो पारसियां दे ईरान तो इंडिया आने की कहानी नू बोलिया जाता है किस्सा है संजान, ठीक है। तो यह जेंद अवस्था किताब के ही लिखी गई है। जे पूछा जाए कि जोरोएस्ट्रियंस का गॉड केड़ा है, किड़े भगवान नू मनते हैं, तो उन्होंने गॉड का नाम है अहूरा माजदा, ठीक है, उन्होंने गॉड का नाम है अहूरा माजदा, जिहदा मतलब होंदा है वाइस लॉर्ड क्रिएटर ऑफ यूनिवर्स, ठीक है। चलो इन्ने क्वेश्चन इतों हो जाते हैं, अगे देखते हैं। अगला नाम है ड्यूरिंग महाभारत, ठीक है, महाभारत टाइम के उत्ते पंजाब नू पंचनाड़ जो है बोलिया गया सी, ठीक है। पंचनाड़ मतलब ए प्लेस वेयर फाइव रिवर्स आर फ्लोइंग, ठीक है, पांच दरियावां दी जगह। फिर एक बंदे का नाम है पाणिनी, ये बंदा इंपॉर्टेंट है, ठीक है, पाणिनी नाम इंपॉर्टेंट है। पाणिनी ने एक किताब लिखी सी, दैट इज़ अष्टध्यायी, जिहड़ी कि संस्कृत की ग्रामर है, ठीक है, अष्टध्यायी। इहनू एक होर कह सकते हैं व्याकरण। जे पूछा जाए कि व्याकरण किने लिखी है या अष्टध्यायी किने लिखी है, दैट इज़ पाणिनी। तो उन्हें अपनी किताब के विच वर्ड यूज़ किया सी पंजाब वास्ते, दैट इज़ वाहिक, ठीक है। तो वाहिक नू वी नाल भी डिनोट किया जाता है, बी नाल भी किया जाता है। मैं एक बुक के बी नाल पढ़िया सी, एक दे विच वी नाल पढ़िया सी, दोनों मैं इत्थे मैनशन कर दिना, ठीक है। अगे आता है एलेक्जेंडर के टाइम के उत्ते पंजाब का नाम जो रखा गया सी, जां उस टाइम पंजाब नू बोलिया गया, दैट इज पेंटोपोटामिया, ठीक है। पेंटापोटामिया जो है वह पंजाब ने एलेक्जेंडर के टाइम के उत्ते पंजाब का नाम सी। फिर पंजाब का नाम पंजाब फाइनली पिया कितों, आ पॉइंट इंपॉर्टेंट है, ठीक है, कि सब तो पहली बारी पंजाब नू पंजाब बोलिया की ने, ठीक है। ये बंदे का नाम है इबने बतूता, ठीक है, इबने बतूता एक मोरक्को तो आया सी बंदा। ये कौन सीगा, ये सीगा एक्सप्लोरर। एक्सप्लोरर का मतलब की हुंदा है, जिहड़ा कि एक जगह तो दूसरी जगह घूमता होए ते उत्थे रिसर्च करता होवे, जगह नू स्टडी करता होवे, उन्होंने आप कहने ये वर्ल्ड फेमस तोड़ा है जो एक्सप्लोरर है। हुण ये चीज़ सानू कितों पता लगी कि इबने बतूता ने, ठीक है, इन्ना फैक्ट। ये बेसिकली बहुत ही, मैं कई बुक्स पढ़िया ने कितने भी इबने बतूता बारे या पंजाब उन्हें नाम दिता ये नहीं लिखिया, बट फाइनली मैंने एक जगह मिली जितों मैं पता लग्या। एक एक बुक का नाम है पंजाब जर्नीज थ्रू फॉल्ट लाइन्स, ठीक है, एक बुक का नाम है पंजाब जर्नीज थ्रू फॉल्ट लाइन, जेडी कि लिखी सी बाय अमनदीप संधु। अमनदीप संधु ने एक किताब लिखी सी, ते उन्हें ये डिस्कस किया कि किस तरह इबने बतूता इंडिया आया, ते उन्हें फाइनली पंजाब का नाम पंजाब रखिया। तो ये उस किताब के विचों रेफरेंस लैके मैनशन किया जाता है कि इबने बतूता ने यह नाम जो है पंजाब का रखिया सी, ठीक है। इट इज़ लैंड ऑफ फाइव रिवर्स पंज आब, ठीक है, पंज आब लैंड ऑफ फाइव रिवर्स। हुण मैं तुहानू स्टार्टिंग च दस्सिया सी ना कि भई ये वर्ड जो है परशियन है, हुण पता लग गया जी इबने बतूता वॉज अगेन आलसो फ्रॉम परशिया, ठीक है, तो उन्हें ही नाम रखिया सी। ये भी थोड़ा जिहा रिलेट करता है कि ओबियस जी गल परशियन वर्ड्स यूज हुए हैं, तो यार किसी ने किसी परशियन बंदे ने ही यदा नाम रखा होगा, तो इबने बतूता जो है उस बंदे का नाम आ जाता है। फिर तो एक बुक है, दैट इज़ आयने अकबरी, ठीक है, जिहड़ी कि लिखी सी अबुल फजल ने, ठीक है, तो उन्हें मैंशन किया कि इतने दो टेरिटरी सीगियां, एक है लाहौर एक सी मुल्तान, ठीक है। अबुल फजल जो है, जे किसी नहीं पता, नौ रतन जो अकबर दे नौ रतन सिगे उन्हां दे विचों ये बिलोंग करते हैं,
ठीक है। नौ रत्न दे विचों सुधीर कुमार पंजाबी में क्यों बोलते हो सर? देखिए जी, पंजाब रिलेटेड एग्जाम है तो पंजाबी जी बोलांगा जी, ठीक है। पंजाब का एग्जाम है, पंजाबी जी गल करनी पड़ेगी, पंजाब के स्टूडेंट्स वास्ते है, ठीक है, तो पंजाबी जी गल कर रहे हैं। हाँ जी, कितने सी मैं? आए ने अकबरी, ठीक है, चलो अगे देखते हैं, भूल गया मैं जो पढ़ा रहा सीगा। चलो, पंजाब नेम वॉज ऑल्सो मैंशनड इन तुजगे जहांगीरी, ठीक है। तुजगे जहांगीरी जो कि परशियन लैंग्वेज लिखी हुई है, पंजाब का नाम वो भी मैंशन है। तो तुजगे जहांगीरी जो पूछा जाए कि किने लिखी सी, इट वॉज रिटन बाय जहांगीर, ठीक है। जहांगीर ने अपनी आत्मकथा जो है वो लिखी है तुजगे जहांगीरी दे विच। ते जे किसी ने अपनी आत्मकथा खुद लिखी हो, ठीक है, आप लिखी हो, तो उन्होंने आप कहने ऑटोबायोग्राफी। तो जे किसी की जीवनी किसी होर बंदे ने लिखी होनू इकला बायोग्राफी कहा जाता। जे अपनी आत्मकथा बंदे ने खुद लिखी है तो उन्होंने आप बोलेंगे ऑटोबायोग्राफी, जे किसी होर बंदे ने लिखी है तो उन्होंने आप कहेंगे अकेला बायोग्राफी, ठीक है, इकला बायोग्राफी, ठीक है। चलो, इस तो बाद ये भी थोड़े पंजाब के अलग अलग नाम ने। सप्त सिंध सिंधु जो है इनू ऋग्वेदिक टाइम पीरियड के अंदर बोलिया जाता है। जदों ऋग्वेदिक टाइम पीरियड मतलब जदों वेदास का निर्माण होया, जिहड़े अपने हिंदू धर्म के चार वेद ने, ऋग्वेद, सामवेद, यजुर्वेद एंड अथर्ववेद, ये चारे वेदा का जदों निर्माण होया, जदों इन्हों लिखा गया, उस टाइम पंजाब का नाम सप्त सिंधु से। जदों महाभारत, ठीक है, या आप कह सकते हैं कि रामायणा का टाइम पीरियड चल रहा है या महाभारत का टाइम पीरियड चल रहा है, उस टाइम यद नाम से पंचनाड। एलेक्जेंडर के टाइम के नाम पै गया पेंटापोटेमिया, ठीक है। एक टाइम तो इतने एक टका ट्राइब रहती थी, उस टाइम इनू टका प्रदेश के नाम तो भी जाने जाता से। लाहौर, ये इंपॉर्टेंट क्वेश्चन है, पूछा जाता है कि लाहौर नाम यदा किस तरह पिया, ठीक है। तो महाराजा रणजीत सिंह के टाइम के उत्ते इनू लाहौर सूबा बोलिया जाता से, ठीक है, ध्यान रखियो लाहौर सूबा होएगा इतने। फिर पूछा जाता है कि नॉर्थ वैसट फ्रंटियर प्रोविंस इनू किस टाइम बोलिया गया, 1901 के विच, टाइम पीरियड 1901 के विच लाहौर नॉर्थ वैसट फ्रंटियर प्रोविंस बोलिया गया। तो लॉर्ड कर्जन ने ये जो नाम है रखा सी, तो लॉर्ड कर्जन तो एक नाम हो, एक चीज़ होर याद रखियो, बंगाल पार्टीशन, ठीक है, बंगाल की पार्टीशन इसे बंदे ने की सी, लॉर्ड कर्जन ने, ठीक है। चलो, ईस्टर्न पंजाब यदा नाम कदों पिया, जदों 1947 के पंजाब का पार्टीशन हो गया सी दो हिस्से दे विच, वैस्टर्न पंजाब जो है वो पाकिस्तान चला गया तो ईस्टर्न पंजाब इतने रह गया, तो उस टाइम इनू ईस्टर्न पंजाब बोलिया जाता से, ठीक है। तो फाइनली मॉडर्न डे पंजाब जो आज की डेट से आपां इनू पंजाब बोलते हैं, तो वह नाम यदा कदों पिया, सिंस 1 नवंबर 1966, ठीक है, 166 दे विच इह नाम पिया, ठीक है। चलो, आप इत्थे तक ही रखते हैं, काफ़ी, ठीक है, लंबी वीडियो हो चुकी है ऑलरेडी, क्योंकि मैं ना शाम को जो है तुहानू ह्यूमन ब्लड के लिए भी मैं तुहानू पढ़ाना है, तो मैं थोड़ा जिहा उहदे लई भी टाइम पीरियड चाहिए है। 2:30 बज चुके ने, 4:30 बजे मैं वो स्टार्ट करनी है, ठीक है, तो थोड़ा टाइम पीरियड है, तो तुसी भी फटाफट फ्रैश होके उस टाइम पीरियड के फिर आ जाओ, ठीक है। उस टाइम आप ह्यूमन ब्लड या बायोलॉजी जो है मैं उस टाइम पढ़ावांगा, ठीक है। होप तुसी जो है वीडियो इंजॉय की होएगी, होप जो है तुसी कुछ नवा सीखा होगा, ऑब्वियस जी गल है, काफ़ी चीज़ा। तो जे तुहानू कुछ लगता है कि भी कुछ इंप्रूवमेंट, जिस तरह के एक बच्चे ने पिछे लिखा कि भी मैप्स की वरतों थोड़ी जी ज़्यादा की जाए, ठीक है, तो आई विल एड मैप्स इन माई नैक्सट कमिंग वीडियोस, ठीक है, तो मैं ऐड कर लाँगा। जो तुहानू भी लगता कि कुछ चेंजेस करन वाले आ तो नीचे कमेंट्स के मैनशन करो, ठीक है, क्योंकि तुहाडे वास्ते ही बना रहा, मन तो आउंदा ही है, ठीक है, मन तो आउंदा ही है मैनू, मैं बार बार अपने आप रिपीट क्यों करना, तुहानू समझ आना चाहिए है, तुहाडे वास्ते बन रहा है, तुहानू जो डाउट है तुसीं वो प्लीज़ पुछो, ठीक है। तो जिहड़े बच्चे इहनू ज्वाइन करना चाहते हैं, अड्डा दे स्टोर के उत्ते जाके तुसीं उत्थे जाके इहनू परचेज कर सकते हो, 2500 रुपए की कोस्ट लिखी है। जून 60 तुसी अप्लाई करोगे तो 999 के विच तुहानू पै जाएगा, 1000 रुपये ऑलमोस्ट इहदी कोस्ट पएगी। तो 1.5 महीना या 1 महीने का जो कोर्स रहेगा, जिहदे विच तुहानू डेली असाइनमेंट्स दित्तियां जाणगियां, तुहानू प्रॉपरली मैनेज किया जाएगा, प्रॉपरली तुहानू काउंसल किया जाएगा, मैं हर टाइम तुहाडे लई अवेलेबल रहांगा, ठीक है। तुसी जदों भी मैनू कॉन्टैक्ट करना चाहोगे तुहानू नंबरस प्रोवाइड किए जाएंगे, वट्सएप ग्रुप्स बनेंगे, ठीक है, सब कुछ असीं जिस तरह तुहानू सही तरीके नाल पढ़ाने उस तरह ही पढ़ावांगे, ठीक है। तो तुसीं इहना सोचो कि ऑनलाइन पढ़ा रहे हैं तो तुहानू नहीं मिलेगा। तो अड्डा ने पहली बारी जो है पंजाब जीके स्टार्ट की है, ठीक है, तो ऑब्वियस जी गल है उन्होंने कुछ माड़ा काम नहीं किया, अच्छा ही किया है, ठीक है, 13 मिलियन जो है उन्होंने सबसक्राइबर ने, ठीक है। तो होप तुसी एंजॉय किया होगा, मैं तो यही समझ रहा कि तुसी कुछ नवा सीखे होंगे, ठीक है, जे सीखे हो तो प्लीज़ तुसी मैंशन करो कि भी हाँ जी तुसी कुछ सीखे हो। तो जे तुसी चाहते हो कि मैं यदि भी कुछ एक असाइनमेंट बना के कल तक अपलोड कर देव, तो कमेंट के प्लीज़ मैंशन कर दो कि तुहानू असाइनमेंट
मिक्स असाइनमेंट चाहिए है, ठीक है, या तुहानू टॉपिक ओरिएंटेड चाहिए है, ठीक है। असाइनमेंट्स तुहानू टॉपिक ओरिएंटेड चाहिए ने या मिक्स चाहिए ने? मिक्स मैं प्रैफर करांगा बेसिकली। मिक्स क्यों? क्योंकि पेपर दे विच भी तुहानू मिक्स क्वेश्चन आने ने, कुछ ज्योग्राफी दे, ठीक है, कुछ तुहानू हिस्टरी दे, कुछ पॉलिटी दे, कुछ इकोनॉमी दे, ठीक है। तो मिक्स असाइनमेंट्स दे विच इस तरह के सारे क्वेश्चन प्लस पंजाबी लैंग्वेज भी विच मिक्स कर दांगा मैं, प्लस बायोलॉजी के क्वेश्चन भी मैं जे चाहूँगा तो विच मिक्स कर दांगा। तो तुसीं ये कमेंट्स दे विच मैनूं मैनशन कर दिओ कि तुहानू किस तरह दियां, ठीक है, असाइनमेंट्स चाहीदियां ने। बेसिकली जो बैच है आपां पटवारी वास्ते स्टार्ट किया सी, तो पटवारी का जो एग्जाम का नोटिफिकेशन आने के चांसिस ने वो सितंबर तक आने के काफ़ी ज़्यादा चांसिस ने कि सितंबर के पटवारी का नोटिफिकेशन बाहर आ जाएगा, ठीक है। चलो मैं इनू फटाफट क्लोज करदा, काफ़ी टाइम पीरियड मैं थोड़ा ले लिया क्योंकि दोबारा रोटी का भी टाइम हो गया, 6 टाइम बज गए हैं, ठीक है। होप यू एंजॉयड, थैंक यू।